ਓਏ ਕਰੇ ਹਾਂ ਗੱਲ ਸਾਡੀ ਫੈਮਿਲੀ ਦੀ, ਮੈਂ ਬਗੈਰਤੀ ਸਹੀ ਆ ਫਿਰ ਤੋਂ ਲੈ ਜਾ ਇੰਜੋਏ ਕਰ, ਮੈਂ ਬਗੈਰਤੀ ਸਹੀ ਆ। ਤੂੰ ਬਾਹਰ ਨਿਕਲ, ਤੈਨੂੰ ਲੋਕਾਂ ਨੇ ਇਹ ਕਹਿਣਾ ਕਿ ਚਾਚੂ ਟ੍ਰੇਨ ਲੰਘ ਗਈ ਤੁਸੀਂ ਪਿੱਛੇ ਰਹਿ ਗਏ। ਬੁੱਢੀ ਦੀ ਤਸਵੀਰ ਦੇ ਮੁਤਲਕ ਕੋਈ ਗੱਲ ਕਰੇ ਮੈਂ ਖਾਨਦਾਨ ਤਬਾਹ। ਸਲਾਮ ਜੀ ਭਾਜੀ, ਮਾਸ਼ਾ ਅੱਲਾ ਆ ਗਏ ਸਾਰੇ, ਅੱਲਾ ਖੈਰ ਅੱਲਾ ਖੈਰ ਅੱਲਾ ਖੈਰ। ਸਰ ਜੀ ਬੈਠੋ, ਆ ਗਏ ਤੁਸੀਂ, ਮਾਸ਼ਾ ਅੱਲਾ ਮਾਸ਼ਾ ਅੱਲਾ। ਉਹ ਕਿੱਥੇ ਆ? ਸਰ ਜੀ ਮੈਨੂੰ ਨਾ ਪੁੱਛਿਆ ਕਰੋ ਦਾ ਉਸਤਾਦ ਮਿੱਠਾ ਮਰ ਗਿਆ ਆ। ਹੈ ਮਰ ਗਿਆ? ਬਕਵਾਸ ਨਹੀਂ ਕਰੀ ਦਿੰਦੀ, ਸਾਡੇ ਕਾਗਜ਼ਾਂ 'ਚ ਮਰ ਗਿਆ ਆ। ਕੀ ਹੋਇਆ? ਹੋਇਆ ਇਹ ਹੈ ਕਿ ਫਰੀਦ ਦੀ ਤੇ ਉਹਦੀ ਕੋਈ ਚੱਕਲਿਸ਼ ਚੱਲ ਰਹੀ ਸੀ, ਇਹ ਉਹਨੂੰ ਬੋਲਿਆ ਵਾ ਚੰਗਾ ਹੀ, ਗਾਲ ਮੰਦਾ ਵੀ ਕੀਤਾ, ਪਰਸਨਲ ਹੋ ਕੇ ਉਹਨੂੰ ਵਿਚਾਰੇ ਨੂੰ ਬਹੁਤ ਬੋਲਿਆ, ਉਹ ਰੁੱਸ ਕੇ ਉਹ ਜਾ ਕੇ ਬਹਿ ਗਿਆ ਚੇਦੇ ਦੇ ਵਿੱਚ। ਸ਼ੁਗਲ ਮੇਲਾ ਪਤਾ ਕੀ ਉਹਦੇ ਨਾਲ ਕੀਤਾ ਘਰ ਗੱਲ ਕੀਤੀ ਆ, ਉਹਦੀ ਬੁੱਢੀ ਨੂੰ ਉਹਦੀ ਮਾਂ ਭੈਣ ਨੂੰ ਕੀਤੀ ਆ, ਏਡਾ ਏਡਾ ਮੈਂ ਵੀ ਸ਼ੁਗਲ ਮੇਲੇ ਚ ਮਿੱਠਾ ਗੁੱਸਾ ਕਰ ਗਿਆ। ਹਾਂਜੀ ਹਾਂਜੀ ਉਹ ਗੱਲ ਦੱਸੋ, ਲੇਕਿਨ ਇੰਨੇ ਹੀ ਕਿਹਾ ਸਤਾ ਜੀ, ਮੈਂ ਨੀ ਕੁਛ ਵੀ ਕਿਹਾ, ਬਸ ਸ਼ੁਗਲ ਮੇਲਾ ਜੀ ਸਤਾ ਜੀ, ਘਰੇਲੂ ਗੱਲਾਂ ਇਹਨੇ ਉਹਦੇ ਨਾਲ ਕੀਤੀਆਂ। ਕਿਹੜੀਆਂ? ਫਰੀਦ ਖਾਨ ਜਦੋਂ ਉਹਨੇ ਸ਼ੁਗਲ ਮੇਲਾ ਕਰਨਾ ਨਾ, ਉਹਦਾ ਸ਼ੁਗਲ ਮੇਲੇ ਦੀ ਸਪੀਡ ਤੇਰੇ ਨਾਲੋਂ ਬਹੁਤ ਤੇਜ਼ ਆ। ਨਹੀਂ ਸਤਾ ਜੀ ਸ਼ੁਗਲ ਮੇਲਾ ਇੱਦਾਂ ਦਾ ਹੀ ਆ, ਮੈਂ ਉਹਦੇ ਬੱਚਿਆਂ ਨੂੰ ਕਿਹਾ ਵੀ ਬੱਚੇ ਤੇਰੇ ਇੱਦਾਂ ਦੇ ਆ, ਉਹ ਜਿੱਦੂ ਮੰਨੂ ਕਰਦਾ ਹੁੰਦਾ ਸੀ ਮੈਂ ਚੁੱਪ ਕਰਕੇ ਸੁਣਦਾ ਹੁੰਦਾ ਸੀ ਕਿ ਨਹੀਂ ਯਾਰ ਤੂੰ ਲੈ ਕੇ ਕਿੱਥੇ ਗਿਆ? ਇੱਥੇ ਹੀ ਆ ਤਾ ਜੀ, ਬੋਤਾਂ ਨਹੀਂ ਤੇ ਆ ਕੇ ਬੈਠਾ ਵਾ ਤੂੰ ਤੇ। ਓਏ ਕੀ ਹੋਇਆ? ਕੁਛ ਨਹੀਂ। ਹੈ ਕੁਛ ਨਹੀਂ ਹੋਇਆ? ਕੀ ਹੋਇਆ? ਉਸਤਾਦ ਜੀ ਨੂੰ ਸਮਝਾਓ, ਤੁਹਾਡੀ ਮਿਹਰਬਾਨੀ ਆ। ਕੀ ਸਮਝਾਵਾਂ ਮਤਲਬ? ਆ ਫਰੀਦ ਸਾਹਿਬ ਨੂੰ ਸਮਝਾਓ ਨਾ, ਮਜ਼ਾਕ ਕਰਨਾ ਹੁੰਦਾ ਸਾਰੀ, ਕੋਈ ਲਿਮਿਟ ਹੁੰਦੀ ਮਜ਼ਾਕ ਦੀ? ਮੈਂ ਯਾਰ ਤੁਸੀਂ ਸਾਰੀ ਦਿਹਾੜੀ ਲੱਗੇ ਰਹਿੰਦੇ ਆ ਮਾੜੀ ਜੀ ਗੱਲ ਹੁੰਦੀ, ਤੂੰ ਮੇਰਾ ਸ਼ੋਕ ਆ ਤੋਂ ਖਰਾਬ ਕਰ। ਪਹਿਲੇ ਉਹਨੂੰ ਕਹਿੰਦਾ ਮੇਰੇ ਨਾਲ ਮਜ਼ਾਕ ਨਾ ਕਰ, ਉਹਨੇ ਕੀ ਕਿਹਾ ਕੀ ਤੈਨੂੰ? ਉਹ ਫੈਮਿਲੀ ਦੀਆਂ ਗੱਲਾਂ ਕਰਦਾ ਵਾ, ਮੈਂ ਕਦੀ ਕੀਤੀ ਫੈਮਿਲੀ ਦੀ ਜੁਗਤ? ਹਰ ਵਾਰੀ ਤੂੰ ਕਹਿੰਦੀ ਭੌਂਕੀ ਜਾਂਦਾ, ਤੂੰ ਬੋਲੀ ਜਾਂਦਾ, ਹਰ ਲੈਣ ਤੋਂ ਬਾਅਦ ਤੇਰੀ ਲੈਣ ਹੁੰਦੀ, ਤੂੰ ਹਰ ਇੱਕ ਨੂੰ ਜੁਗਤਾਂ ਕਰਦਾ ਵੀ ਤੁਸੀਂ ਕਰ ਲਓ ਯਾਰ ਜੁਗਤਾਂ। ਹਾਂ ਤੁਸੀਂ ਡੇਢ ਡੇਢ ਘੰਟਾ ਨਹਾਈ ਜਾਂਦੇ ਆ, ਆਪਣੇ ਵੱਲੋਂ ਕਰੀਮਾਂ ਹੀ ਲਾਈ ਜਾਣੀਆਂ, ਫਿਜਲੀ ਕਰਾਈ ਜਾਣੇ ਯਾਰ, ਤੂੰ ਪਤਾ ਕਿਤੇ ਬੰਦਾ ਪੁੱਛੇ ਯਾਰ ਵੀ ਤਕੀਰ ਨਾਸਰ ਹੈ ਯਾਰ। ਅਗਲੇ ਬੰਦੇ ਨੂੰ ਝਾੜ ਕੇ ਉਹ ਮਾਰ ਦੇਣਾ ਜੀ, ਮੈਂ ਇੰਜ ਤੇ ਇੰਜ ਬਾਤ ਜੇ ਉਹ। ਤੂੰ ਨਹੀਂ ਉਹਦੇ ਘਰਦੇ ਤੇ ਗੱਲ ਕੀ ਕਰਦਾ? ਤੁਸੀਂ ਆਪਸ 'ਚ ਮਜ਼ਾਕ ਕਰਦੇ ਹੀ ਆ ਸਾਰੇ, ਹੁਣ ਵਿੱਚ ਹੀ ਫੈਮਲੀਆਂ ਯਾਰ ਦੋਸਤ ਗਾਲਾਂ ਤੱਕ ਤੁਸੀਂ ਕੱਢ ਲੈ ਇੱਕ ਦੂਜੇ ਨੂੰ। ਉਸਤਾਦ ਜੀ ਜੇ ਤਾਂ ਫੈਮਲੀ ਦੀਆਂ ਗੱਲਾਂ ਕਰਨੀਆਂ, ਫਿਰ ਟੀ ਟਾਈਮ ਦੋ ਤਿੰਨ ਗਾਣੇ ਪਾ ਲਿਆ ਕਰੋ, ਫਿਰ ਉਹੀ ਕੰਮ ਕਰ ਲੈਂਦੇ, ਫਿਰ ਰਹਿਣ ਤੋਂ ਛੱਡੋ, ਪੁਰ ਕਰਾਓ ਫੈਮਲੀ ਕਾਮੇਡੀ ਨੂੰ, ਫੈਮਲੀ ਤੇ ਗੱਲਾਂ ਕਰ ਲੈਂਦੇ ਆ। ਯਾਰ ਮੈਂ ਗਾਣੇ ਪਾ ਲਵਾਂ ਫਿਰ ਤੈਨੂੰ ਲੋਕੀ ਕਹਿਣਗੇ ਪਹਿਲੇ ਤੂੰ ਇਕੱਲਾ ਜਾਂਦਾ ਸੀ, ਹੁਣ ਬਾਕੀਆਂ ਨੂੰ ਵੀ ਲਿਜਾਣ ਲੱਗ ਪਿਆ ਉੱਥੇ, ਗੱਲ ਮਾੜੀ ਆ। ਉਸਤਾਦ ਜੀ ਫੈਮਲੀ ਤੇ ਇਹ ਬਗੈਰਤੀ ਆ ਕਿਸੇ ਦੀ ਫੈਮਲੀ ਤੇ ਗੱਲ ਕਰਨੀ, ਘਟੀਆ ਪਾਨਾ। ਯਹੀ ਤੋ ਹੈ ਘਟੀਆਪਨ। ਨਹੀਂ ਬੰਦਾ ਆਪਣੇ ਕੰਮ ਨਾਲ ਕੰਮ ਰੱਖੇ, ਬੰਦਾ ਕੋਈ ਆਪਣਾ ਨਾ ਕੋਈ ਸਕ੍ਰਿਪਟ ਬਣਾਉਣਾ, ਆ ਕੇ ਉੱਤੋਂ 4 ਵਜੇ ਆਉਣਾ ਲੜ ਕੇ, ਖੈਰ ਸਾਹਿਬ ਮੈਨੂੰ ਚਾਹ ਬਣਾ ਦਿਓ, ਮੈਨੂੰ ਇੰਜ ਕਰ ਦਿਓ, ਮੇਰੇ ਆਹ ਕਰ ਦਿਓ, 70 ਘੰਟੇ ਤੇ ਫੇਸ ਵਾਸ਼ ਹੀ ਲਾਈ ਜਾਂਦਾ ਵਾ, ਟਸ਼ਨ ਹੀ ਕਰੀ ਜਾਣ ਡਿਆ ਵੀ ਪਤਾ ਨਹੀਂ ਤੂੰ ਕਿਹੜਾ ਜੀਤੋ ਪਾਕਿਸਤਾਨ ਸ਼ੁਰੂ ਕਰਨਾ, ਘੰਟੇ ਦਾ ਟੀ ਟਾਈਮ ਕਰਕੇ ਪਰਾ ਮਾਰ, ਗੱਲ ਤੇਰੇ ਕੋਲ ਹੁੰਦੀ ਕੋਈ ਨਹੀਂ, ਉਹ ਤੋਂ ਬਾਅਦ 'ਚ ਲਾਈਨਾਂ ਹੀ ਬੋਲੀ ਜਾਣ ਡਿਆ ਵੀ ਇੰਜ ਵਾ ਜੀ, ਉਹ ਵਾ ਆਹ ਵਾ ਐਂਡ ਵਾ, ਅਸੀਂ ਕੋਈ ਗੱਲ ਕਰਦੇ ਨੂੰ ਯਾਰ ਉਸਤਾਦ ਜੀ ਉਹੀ ਫਿਰ। ਯਾਰ ਇਹ ਸਾਰੀਆਂ ਗੱਲਾਂ ਛੱਡ, ਹੁਣ ਰੌਲਾ ਇਹ ਹੈ ਕਿ ਉਹਨੇ ਤੈਨੂੰ
ਪਰਸਨਲ ਹੋਇਆ ਤੇਰੇ ਨਾਲ, ਇਹ ਰੌਲਾ ਨਾ। ਹਾਂਜੀ। ਤੇ ਤੂੰ ਉਹਦੀਆਂ ਕਰੀਮਾਂ ਕਾਹਤੋਂ ਗਨਾਉਂਦੇ, ਤੂੰ ਪਰਸਨਲ ਤੇ ਰਹਿ ਨਾ, ਤੂੰ ਕਹਿ ਜੀ ਸਾਜੀ ਪਰਸਨਲ ਲਾਵੇਂ ਮੇਰੇ ਨਾਲ। ਸਾਜੀ ਪਰਸਨਲ ਹੋਣ ਦਾ ਮਕਸਦ ਹੀ ਹੈ ਯਾਰ, ਤੂੰ ਤਾਂ ਆਪ ਪ੍ਰਸ਼ਨ ਕਰਦਾ ਵੀ ਮੈਂ ਤੈਨੂੰ ਤੇਰੇ ਨਾਲ ਕਦੀ ਪਰਸਨਲ ਹੋਇਆ ਵਾ, ਸਾਨੂੰ ਨੀ ਪਤਾ। ਮੈਂ ਉਹਨੂੰ ਕਹਿ ਕੇ ਆਇਆ, ਮੈਂ ਕਿਹਾ ਜਦੋਂ ਮਿੱਠਾ ਫਿਰ ਤੇਰੇ ਫੈਮਿਲੀ ਤੱਕ ਗਿਆ ਨਾ, ਤੇ ਫਿਰ ਉਹ ਬਹੁਤ ਬੁਰਾ ਜਾਂਦਾ ਵਾ। ਉਸਤਾਦ ਜੀ ਦੀ ਫੈਮਿਲੀ ਹੈ ਹੀ ਨਹੀਂ ਜਾਣ ਵਾਲੀ, ਯਕੀਨ ਮੰਨੋ। ਯਾਰ ਹਰ ਬੰਦੇ ਦੀ ਉੱਦਾਂ ਹੀ ਹੁੰਦੀਆਂ ਵਾ, ਸਾਡੀਆਂ ਨਹੀਂ ਉੱਦਾਂ ਹੁੰਦੀਆਂ। ਉਹ ਮੇਰੀ ਫੈਮਿਲੀ ਹੈ, ਤੇਰੀ ਫੈਮਿਲੀ ਵੀ ਮੇਰੀ ਫੈਮਿਲੀ, ਉਹਦੀ ਫੈਮਿਲੀ ਵੀ ਮੇਰੀ ਫੈਮਿਲੀ, ਸਾਰੀਆਂ ਫੈਮਿਲੀਆਂ ਮੇਰੀਆਂ ਫੈਮਿਲੀਆਂ। ਆ ਵੀ ਤੂੰ ਐਡਾ ਕਿਤੇ ਤੱਬੋ ਦਾ ਮੁੰਡਾ ਵਾ ਵੀ ਯਾਰ ਤੇਰਾ ਇੱਕ ਹੋਰ ਹਿਸਾਬ ਆ ਵੀ ਤੈਨੂੰ ਅਸੀਂ ਗੱਲ ਨਹੀਂ ਕਰ ਸਕਦੇ। ਮੈਂ ਤਾਂ 100 ਗੱਲਾਂ ਕਰ ਸਕਦਾ ਫਿਰ, ਲੇਕਿਨ ਨਹੀਂ ਯਾਰ ਮੈਨੂੰ ਸ਼ਰਮ ਆਉਂਦੀ ਆ, ਯਾਦ ਆਉਂਦੀ ਆ, ਉਹ ਫੈਮਿਲੀ ਵੀ ਸਾਡੀਆਂ ਵਾ। ਹਾਂ, ਇਹ ਰੌਲਾ ਨਾ ਉਹਨੂੰ ਸਮਝਾਓ ਨਾ, ਚਿੱਟੇ ਆ ਗਏ ਇਹਨਾਂ ਦੇ, ਸੀਨਾ ਵੀ ਚਿੱਟਾ ਹੋਇਆ ਪਿਆ। ਚੱਲ ਅਜ਼ਾਨ ਹੁੰਦੀ, ਚੁੱਪ ਕਰ, ਆ ਉੱਠ, ਚੁੱਪ ਕਰ, ਆ ਜਾ ਉੱਠ ਕੇ। ਹਾਂਜੀ, ਕੀ ਰੌਲਾ ਬਣਿਆ ਤੁਹਾਡਾ? ਨੋਨੀ, ਨੋਨੀ! ਹਾਂਜੀ ਭੈਣ। ਹੁਣ ਪੁੱਛ, ਬਾਹਰ ਦੇਖ ਕੇ ਆ ਕੌਣ, ਬਾਹਰ ਦੇਖ ਕੇ ਆ ਕੌਣ? ਆ ਜਾ ਉੱਤੇ, ਆ ਜਾ ਮੇਰੇ ਉੱਤੇ, ਆ ਜਾ ਇੱਥੇ ਖਲੋ ਕੇ ਪੁੱਛ ਥੱਲੇ ਨੂੰ ਕਰਕੇ। ਹਾਂਜੀ ਉਸਤਾਦ ਜੀ, ਬਾਹਰ ਦੇਖ ਕੇ ਆ ਕੌਣ, ਬਾਹਰ ਦੇਖ ਕੇ ਆ, ਬਾਹਰ ਦੇਖ ਕੇ ਆ, ਜਾ। ਓਏ ਆ ਗਿਆ ਕੌਣ, ਜਾ ਹਰ। ਉਸਤਾਦ ਜੀ ਨੇ ਕਿਹਾ ਲੈ, ਕਿਸੇ ਨੂੰ ਵੀ ਨਹੀਂ ਅੰਦਰ ਆਉਣ ਦੇਣਾ, ਸ਼ੋਅ ਹੋਣ ਡਿਆ। ਪਰੇ ਦਫਾ ਹੋ, ਉਹ ਭਾਈ ਨੇ ਮਨਾ ਕੀਤਾ ਯਾਰ, ਤੇਰਾ ਦਿਮਾਗ ਠੀਕ ਆ? ਓਏ ਪਾਈ ਰੱਖਣਾ ਇਸ ਗੱਲ ਤੋਂ। ਪਾਗਲੇ ਤੂੰ ਯਾਰ, ਤੈਨੂੰ ਪਤਾ ਨੀ ਲੱਗਣ ਡਿਆ ਕਿੰਨੀ ਦੇਰ ਹੋ ਗਈ ਮੈਂ ਦਰਵਾਜ਼ਾ ਖੜਕਾਉਣ ਡਿਆ ਵਾ, ਗਰਮੀ ਕਿੰਨੀ ਹੈਗੀ ਆ। ਭਾਈ ਨੇ ਕੋਲ ਕਿਉਂ ਕਿਹਾ ਵਾ ਤੈਨੂੰ, ਤੂੰ ਦਰਵਾਜ਼ਾ ਤੇ ਖੋਲ। ਕੀ ਹੋਇਆ ਉਸਤਾਦ ਜੀ, ਕਿੰਨੀ ਦੇਰ ਹੋ ਗਈ ਮੈਂ ਦਰਵਾਜ਼ਾ ਖੜਕਾਉਣ ਡਿਆ ਵਾ, ਬਿੱਲਾਂ ਲਈ ਜਾਣ ਡਿਆ ਵਾ, ਗਰਮੀ ਦੇ ਵਿੱਚ ਯਾਨੀ ਕਿ ਮੈਂ ਖਲੋਤਾ ਹੋਇਆ ਵਾ। ਯਾਰ ਉਹਨੂੰ ਮੈਂ ਕਿਹਾ ਸੀਗਾ ਉਸਤਾਦ ਜੀ, ਤੁਸੀਂ ਕਿਉਂ ਕਿਹਾ ਉਹਨੂੰ? ਯਾਰ ਕੋਈ ਵੀ ਆ ਜਾਂਦਾ, ਬੂਆ ਖੋਲ ਦਿੰਦਾ, ਅੰਦਰ ਆ ਜਾਂਦੇ ਲੋਕੀ, ਕਿਸੇ ਦੇ ਵਿੱਚ ਸਾਨੂੰ ਵੀ ਰੱਖਣ ਡੇ ਉਹ ਕੋਈ ਆ ਵਿੱਚ। ਉਹਨੂੰ ਪਤਾ, ਉਹਨੂੰ ਮੈਂ ਕਿਹਾ ਵੀ ਕੋਈ ਵੀ ਆਵੇ ਤੇ ਉਹਨੇ ਸਮਝਿਆ ਵੀ ਪਤਾ ਨਹੀਂ ਕੋਈ ਵੀ ਆਵੇ। ਚਲਾਓ ਟੀ ਟਾਈਮ ਕਰ ਲਈਏ, ਟੀ ਟਾਈਮ ਕਰ ਲਈਏ। ਉਸਤਾਦ ਜੀ ਕਰ ਲੈਂਦੇ ਹਾਂ ਉਸਤਾਦ ਜੀ, ਤੁਹਾਨੂੰ ਪਤਾ ਗਰਮੀ ਦੇ ਵਿੱਚ ਮੇਰੀ ਕੀ ਹਾਲਤ ਉਸਤਾਦ ਜੀ, ਤੁਹਾਨੂੰ ਪਤਾ ਵੀ ਹੈਗਾ ਮੇਰੇ ਯਾਨੀ ਕਿ ਸਾਹ ਦਾ ਮਸਲਾ ਹੈ। ਚਲੋ ਮਾਫ਼ੀ ਮੰਗ ਭਾਜੀ ਦੇ ਕੋਲੋਂ। ਇੱਧਰ ਨਾ ਆਈ ਓਏ, ਇੱਧਰ ਨਾ ਆਈ, ਇੱਧਰ ਨਾ ਆਈ, ਮੇਰੇ ਕੋਲ ਨਾ ਆਈ ਤੂੰ।
ਮੈਂ ਤੈਨੂੰ ਕਹਿਣ ਡਿਆ ਵਾ ਉਸਤਾਦ ਜੀ ਤੁਸੀਂ ਤਾਂ ਨਾ ਕਰਿਆ ਕਰੋ ਤੁਸੀਂ ਯਾਰ ਮੇਰੇ ਵੱਜਣ ਲੱਗੀ ਸੀ ਦਰਮਿਆਨ ਖਾਮ ਖਲ ਵੱਜਣ ਲੱਗੀ ਸੀ ਐਡੇ ਕੱਚੇ ਨਿਸ਼ਾਨੇ ਨਹੀਂ ਹੈਗੇ ਸਾਡੇ ਉਸਤਾਦਾਂ ਨੂੰ ਅਸੀਂ ਮਾਰੀਏ ਹੱਥ ਨਾ ਟੁੱਟ ਜਾਣ ਸਾਡੇ ਅੱਛਾ ਚੱਲ ਆ ਨਾ ਉੱਠ ਉਹ ਐਨਕ ਕਿੱਥੇ ਤੇਰੀ ਜ਼ੰਜੀਰੀ ਵਾਲੀ ਇਹਦੇ ਨਾਲ ਉਹ ਵੀ ਹੁੰਦੀ ਹੈ ਟੀ ਟੀ ਟੈਪ ਗੈਟਅਪ ਆ ਕਿ ਸੂਟ ਸਵਾਇਆ ਇੱਦਾਂ ਦਾ ਬਗੈਰ ਤਾਂ ਮਾਜ਼ਰਤ ਕਰ ਭਾਜੀ ਕੋ ਉਹਨੂੰ ਨਹੀਂ ਉਹਨੂੰ ਪਤਾ ਲੱਗਾ ਚੱਲ ਆ ਜਾ ਆ ਜਾ ਸਹੀ ਸਿਰਫ ਤੁਹਾਡੀ ਹੋਇਆ ਤੂੰ ਖੁਦਾ ਅਮਰ ਓਏ ਬੈਗ ਫੜਾ ਦੇ ਨਹੀਂ ਨਹੀਂ ਫੜ ਕੇ ਲਿਆ ਭਾਜੀ ਦਾ ਬੈਗ ਰਹਿਣ ਦੇ ਤੂੰ ਅਸੀਂ ਨਹੀਂ ਕਿਸੇ ਨੂੰ ਉਸਤਾਦ ਜੀ ਅੱਲਾ ਨਾ ਮੁਹਤਾਜ ਕਰੇ ਇਹਨਾਂ ਲੋਕਾਂ ਦਾ ਸਾਨੂੰ ਬੈਗ ਮੈਨੂੰ ਫੜਾ ਤੇਰੇ ਹੱਥ 'ਚ ਨਹੀਂ ਸਹੀ ਲੱਗਦਾ ਲੱਤ ਤੇਰੀ ਟੁੱਟੀ ਆ ਚੀਜ਼ ਕੋਈ ਵੀ ਹੋਵੇ ਨਾਲ ਦੇ ਬੰਦੇ ਨੂੰ ਫੜਾ ਦੇਈ ਦੀ ਹੈ ਚਲੋ ਆ ਜਾਓ ਆ ਜਾਓ ਆ ਜਾਓ ਸਾਈ ਉਹ 'ਚ ਪਰਫਿਊਮ ਟੁੱਟ ਗਿਆ ਹੈ ਪਰਫਿਊਮ ਟੁੱਟ ਗਿਆ ਮੈਨੂੰ ਫੜਾਓ ਉੱਠ ਤੂੰ ਬਹਿ ਸਾਰੇ ਤਰ੍ਹਾਂ ਅੱਧਾ ਘੰਟਾ ਹੋ ਗਿਆ ਬੱਲਾਂ ਵਜਾਉਂਦੇ ਆ ਤੇ ਖੁੱਲ ਨਹੀਂ ਡਿਆ ਦਰਵਾਜ਼ਾ ਯਾਰ ਸਲਾਮ ਅਲੈਕੁਮ ਵਾਲੇਕੁਮ ਸਲਾਮ ਪਾਗਲ ਹੀ ਸਮਝ ਲੈਂਦੇ ਨੇ ਯਾਰ ਚਲੋ ਕੋਈ ਗੱਲ ਨਹੀਂ ਖੈਰ ਆ ਕੋਈ ਗੱਲ ਨਹੀਂ ਉਸਤਾਦ ਜੀ ਕਿਉਂ ਖੈਰ ਹੈ ਕਿਉਂ ਪਾਣੀ ਪਿਆ ਭਾਜੀ ਨੂੰ ਮੇਰਾ ਰੋਜ਼ਾ ਹੈ ਮੈਂ ਨਹੀਂ ਪੀਣਾ ਪੂਰਾ ਬਾਹਰ ਪਾਣੀ ਆਪਣਾ ਆਪਣੇ ਕੋਲ ਰੱਖੋ ਚੱਲ ਪਾਣੀ ਵਹਾ ਭਾਜੀ ਨੂੰ ਯਾਰ ਨਹੀਂ ਫਰੀਦ ਬਰਦਾਸ਼ਤ ਹੁੰਦੀ ਹੁਣ ਯਾਰ ਨਾ ਅੱਧਾ ਘੰਟਾ ਹੋ ਗਿਆ ਮਿਸਟੇਕ ਹੋ ਗਈ ਯਾਰ ਉਹਦੇ ਕੋਲੋਂ ਗਲਤੀ ਹੋ ਗਈ ਮਿਸਟੇਕ ਹੋ ਗਈ ਉਸਤਾਦ ਜੀ ਅੱਛਾ ਠਹਿਰ ਹੁਣ ਇੱਕ ਮਿੰਟ ਕਹਿੰਦਾ ਜੀ ਉਸਤਾਦ ਜੀ ਨੇ ਮਨਾ ਕੀਤਾ ਹੈਗਾ ਕਿ ਜਿਹੜਾ ਵੀ ਆਵੇ ਦਰਵਾਜ਼ਾ ਨਹੀਂ ਖੋਲਣਾ ਹਾਂ ਜਿਹੜਾ ਵੀ ਆਵੇ ਕਿਉਂ ਯਾਰ ਕੋਈ ਵੀ ਆ ਜਾਂਦਾ ਸੀ ਅੰਦਰ ਆਵਾਜ਼ ਸੁਣਦੇ ਆ ਲੋਕੀ ਰੋਕ ਕੇ ਦਰਵਾਜ਼ਾ ਖੜਕਾਉਣ ਲੱਗ ਪੈਂਦੇ ਆ ਅੱਛਾ ਜੀ ਹੁਣ ਤੁਸੀਂ ਸਿਰਫ 5 ਮਿੰਟ ਮੈਨੂੰ ਫੈਸਲ ਸਾਹਿਬ ਦੇਣੇ ਨੇ ਬਸ ਹਾਂਜੀ ਭੈਣ ਉਸਤਾਦ ਜੀ ਇਹਨੇ ਜ਼ਿਆਦਤੀ ਕੀਤੀ ਆ ਮਾਵਾ ਭੈਣ ਬੇਟਾ ਸਿੱਧੇ ਹੋ ਜ਼ਰਾ ਸਿੱਧੇ ਹੋ ਜ਼ਰਾ ਹਾਂਜੀ ਗਲਤ ਗੱਲਾਂ ਤੁਸੀਂ ਘਰ ਤੱਕ ਕਿਉਂ ਜਾਂਦੇ ਜੇ ਇਹ ਦੱਸੋ ਉਸਤਾਦ ਜੀ ਉਹ ਆਪ ਕਹਿੰਦਾ ਵਾ ਮੈਂ ਘਰ ਆ ਤੇ ਘਰ ਆ ਜੀ ਉਹ ਘਰ ਦੀ ਨਹੀਂ ਗੱਲ ਕਰ ਰਿਹਾ ਹਾਂਜੀ ਗੱਲਾਂ ਬਾਤਾਂ ਦੇ ਵਿੱਚ ਵਲ ਵਲ ਕਰ ਵਲ ਵਰ ਗੈਟਿਚ ਰੋਜ਼ਾ ਭਾਜੀ ਦਾ ਰਹਿਣ ਦੇ ਤੂੰ ਗਾਲ ਵੀ ਕੱਢੀ ਆਪਾਂ ਖਾਸਾ ਮੈਂ ਅੱਜ ਤੱਕ ਫੈਮਿਲੀ ਤੱਕ ਨਹੀਂ ਗਿਆ ਇਹ ਬੰਦਾ ਫੈਮਿਲੀ ਤੇ ਗੱਲ ਕਰਦਾ ਯਾਰ ਨਹੀਂ ਭਾਜੀ ਮੈਂ ਕਿਹੜੀ ਇੰਨੀ ਫਰੀਦ ਚੁਰਤ ਕਿੱਦਾਂ ਹੋਈ ਫੈਮਿਲੀ ਤੱਕ ਗਿਆ ਅੱਧਾ ਘੰਟਾ ਮੈਂ ਬਾਹਰ ਬਹਿਣਾ ਦਿੰਦਾ ਰਿਹਾ ਯਾਰ ਇਨਸਾਨੀਅਤ ਹੈ ਵਾ ਤੂੰ ਵੀ ਗਿਆ ਸੀ ਯਾਰ 2 ਮਿੰਟ ਇਸ ਬੰਦੇ ਨੇ ਬੈਲ ਦਿੱਤੀ ਇਹਨੇ ਅੱਧਾ ਘੰਟਾ 28 ਮਿੰਟ ਉਹਨੇ ਕੋਲੋਂ ਪਾ ਲਏ ਵਿੱਚ ਤੂੰ ਇੱਥੇ ਕਿਹੜਾ ਸਾਡੀਆਂ ਟਿਕਟਾਂ ਕੱਟਣ ਆਇਆ ਟੀ ਟੈਪ ਉਸਤਾਦ ਜੀ ਨਾ ਮੇਰੇ ਸੂਟ ਦਾ ਮਜ਼ਾਕ ਉਹ ਯਾਰ ਸੂਟ ਤੂੰ ਕੋਈ ਲਾਗੀ ਹੋ ਰਿਹਾ ਹੁਣ ਤੂੰ ਤੈਨੂੰ ਅਸੀਂ ਦੇਖਿਆ ਹੀ ਉਸਤਾਦ ਜੀ ਜਾਨ ਉਹ ਯਾਰ ਜਾਣਦੇ ਹੋ ਕਿ ਲੰਮਾ ਵੀ ਸਫਾਰੀ ਸੂਟ ਯਾਰ ਜ਼ੰਜੀਰ ਤੂੰ ਖਿੱਚੀ ਆ ਉਹ ਸਾਡੇ ਤੇ ਵੀ ਚੜੀ ਜਾਂਦੇ ਆ ਮੈਂ ਨਹੀਂ ਕੋਈ ਵੀ ਮੈਂ ਭਾਜੀ ਇਹ ਗੱਲ ਕੀਤੀ ਕਿ ਕਮ ਅਜ਼ ਕਮ ਤੈਨੂੰ ਰੋਟੀ ਤੂੰ ਆਨਾ ਵਾ ਇਫਤਾਰੀ ਟਾਈਮ ਉਸਤਾਦ ਜੀ ਰੋਟੀ ਨਹੀਂ ਆਇਆ ਕੁਛ ਨਹੀਂ ਆਇਆ ਤੂੰ ਕਮ ਅਜ਼ ਕਮ ਘਰੋਂ ਲੈ ਆ ਉਹ ਬੁੱਢੀ ਨੂੰ ਕਹਿ ਮੈਨੂੰ ਟਿਫਨ ਬੰਦ ਕਰ ਦੇ ਉਹ ਤੂੰ ਕੀਤਾ ਡੰਬ ਨੂੰ ਯਾਰ ਤੂੰ ਪਾ ਲਿਆ ਵਾ ਤੇਰੇ ਘਰੋਂ ਖਾਣਾ ਕਿ ਯਾਰ ਸਭ ਤੋਂ ਜ਼ਿਆਦਾ ਫਾਕਾ ਕਸ਼ ਤੂੰ ਆ ਤੂੰ ਤਾਂ ਥਰਮੋਸ ਵੀ ਚਾਹ ਨਾਲ ਲੈ ਕੇ ਆਉਣਾ ਪਤਾ ਨਹੀਂ ਤੂੰ ਰਾਹ 'ਚ ਭੁੱਖ ਲੱਗ ਜਾਣੀ ਹੈ ਪਤਾ ਨਹੀਂ ਪਟਾਕਾ ਪਿਆ ਗਿਆ ਤੇਰੇ ਮਿਹਨਤ ਦਾ ਕਿਤੇ ਇਹ ਨਹੀਂ ਤੈਨੂੰ ਭੁੱਖ ਲੱਗਦੀ ਹੈ ਔਰ ਰੋਜ਼ਾ ਰੱਖਿਆ ਉਹਦਾ ਉਤਾਰੀ ਤਾਂ ਨਾ ਕਰੀ ਘੰਟਾ ਪਹਿਲਾਂ ਕੋਈ ਟੈਨਸ਼ਨ ਤੁਹਾਨੂੰ ਤਾਂ ਟੈਨਸ਼ਨ ਕੋਈ ਨਹੀਂ ਹੁੰਦੀ ਯਾਰ ਤੁਸੀਂ ਕਿਸੇ ਵੱਡੇ ਛੋਟੇ ਦੀ ਖਿਆਲ ਕਰ ਲਓ ਉਸਤਾਦ ਜੀ ਸਾਈਡ ਦੇ ਨੇ ਮੈਂ ਆਇਆ ਵਾ ਮੇਰਾ ਹੀ ਖਿਆਲ ਕਰ ਲਓ ਯਾਰ ਤੁਸੀਂ ਲੜਨ ਦੇ ਲੋਕਾਂ ਦੀ ਬੇਗਮਾਂ ਇੰਨਾ ਕੁਛ ਯਾਰ ਤੂੰ ਕਿਉਂ ਗੱਲ ਕਰਦਾ ਬੇਗਮ ਦੀ ਗੱਲ ਕਿਉਂ ਕਰੇ ਤੂੰ ਉਹਦੀ ਗੱਲ ਕਰ
ਉਹਦੇ ਨਾਲ ਗੱਲ ਕਰੋ, ਤੇਰੇ ਨਾਲ ਵੇਖੀ ਨਿਪੜਦਾ ਕੈਸਾ ਉਹ ਮੇਰੇ ਨਾਲ ਕਰਦਾ। ਜਾਂ ਫਿਰ ਉਹਨੂੰ ਮੈਂ ਇਜਾਜ਼ਤ ਦੇ ਦਾਂ, ਉਹਨੂੰ ਵੀ ਇਜਾਜ਼ਤ ਦੇ ਦਾਂ। ਸਤਾਜੀ ਤੁਸੀਂ ਦੇ ਲਵੋ, ਦੇ ਲਓ ਨਹੀਂ ਮੈਂ ਨਹੀਂ, ਇੱਥੇ ਕੰਮ ਖਰਾਬ ਹੋ ਜਾਣਾ, ਕੰਮ ਖਰਾਬ ਹੋ ਜਾਣਾ। ਸਤਾਜੀ ਤੁਸੀਂ ਸਹੀ ਦੱਸੋ, ਹਰ ਕੰਮ ਤੂੰ ਇੱਥੇ ਕਰਦਾ, ਤੂੰ ਬੁਰਸ਼ ਵੀ ਇੱਥੇ ਕਰਦਾ, ਕੱਪੜੇ ਵੀ ਇੱਥੇ ਇਸਤਰੀ ਕਰਦਾ, ਸਾਫ ਪਤਾ ਲੱਗਦਾ ਵੀ ਕਿਹਦੀ ਬੇਗਮ ਜ਼ਿਆਦਾ ਵਫਾਲੀ ਆ। ਮੈਂ ਹਰ ਚੱਕਰ ਪਾ ਕੇ ਆਉਣਾ ਵਾ। ਓਹੋ ਮਿੱਠਾ ਜੀ, ਉਹਨੇ ਜਿਹਾ ਤੇ ਤੈਨੂੰ ਤੇਰੀ ਕਟਿੰਗ ਨਹੀਂ ਕੀਤੀ ਅੱਜ ਤੱਕ, ਉਹਨੇ ਮੇਰੀ ਬੇਗਮ ਤੇ ਕਟਿੰਗ ਵੀ ਕਰ ਲੈਂਦੀ। ਨਹੀਂ ਉਹ ਕਾਲੂ ਨਾ, ਇਹ ਕਾਲੂ ਨਾ ਹੀ ਲਵਿਆ ਵੀ ਉਹਦੀ ਕਟਿੰਗ ਉਹਨੇ ਕਰਨੀ। ਸਤਾਜੀ ਇਹ ਗੱਲਾਂ ਨੀ, ਇਹਨੇ ਬਹੁਤ ਬੇਹੂਦਾ ਗੱਲਾਂ ਕੀਤੀਆਂ ਵਾ। ਮੈਂ ਮਿੱਠੇ ਨੇ ਤਾਂ ਸ਼ੁਕਰ ਆ ਕੋਈ ਇਹਦਾ ਸਿਰ ਸੁਰ ਨੀ ਪਾੜਿਆ, ਚੁੱਪ ਕਰਕੇ ਸਹਿ। ਮੈਂ ਇਹੀ ਕਹਿ ਰਿਹਾ ਕਿ ਯਾਰ ਮੇਰੀ ਗੱਲ ਸੁਣ ਲਾ, ਨਾ ਤੂੰ ਉਹਦੇ ਨਾਲੋਂ ਵੱਡਾ ਭੌਂਕਾ ਵਾ, ਹਾਂਜੀ, ਨਾ ਤੂੰ ਉਹਦੇ ਨਾਲੋਂ ਵੱਡਾ ਬਦਤਮੀਜ਼ ਆ, ਨਾ ਤੂੰ ਉਹਦੇ ਨਾਲੋਂ ਵੱਡਾ ਲੱਤੀ ਆ, ਨਾ ਤੂੰ ਉਹਦੇ ਨਾਲੋਂ ਵੱਡਾ ਕੋਈ ਬਗੈਰਤ ਆ। ਬਹਿਣ ਦੋ, ਰਹਿਣ ਦੋ, ਸੁਣੋ, ਹੋਰ ਕਰਾ ਦਿਓ, ਮੱਥੀ ਕਰਾਓ, ਤੁਸੀਂ ਹਾਂ ਕਿਹੜੀ ਗੱਲਾਂ ਕਰਨ ਪਏ? ਨਹੀਂ ਮੈਂ ਦੱਸ ਰਿਹਾ ਵੀ ਤਮੀਜ਼ ਨਾਲ ਜੇ ਬੰਦਾ ਆਰਾਮ ਨਾਲ ਤੇਰੇ ਨਾਲ ਲੱਗਾ, ਉੱਤੋਂ ਵੱਡੀ ਚਵਲ ਕੋਈ ਤੂੰ ਨੀ ਹੈਗਾ। ਉਸਤਾਦ ਜੀ ਕੁਝ ਚੜਾ ਕੇ ਹੋਰ ਹਿਸਾਬ ਨਾਲ ਕਿਸੇ ਉੱਪਰ ਰੱਖੀਦਾ ਹੁੰਦਾ, ਤੁਸੀਂ ਤਾਂ ਮੈਨੂੰ ਲਾਹਣ ਦੀ ਕਰ ਦੱਸੋ। ਹੱਦ ਹੁੰਦੀ ਆ, ਲਓ ਵੀ ਤੂੰ ਉਹਦੇ ਘਰ ਤੱਕ ਜਾਵੇ, ਗੱਲਾਂ ਪਤਾ ਮਜ਼ਾਕ ਕਰੋ, ਤੁਸੀਂ ਆਪਣੀ ਹੱਦ ਤੱਕ ਕਰੋ, ਇੱਕ ਦੂਜੇ ਨੂੰ ਲੜੋ, ਗਾਲਾਂ ਕੱਢੋ, ਮਾਰੋ, ਮਾਮਾ ਭੈਣਾਂ ਦੀਆਂ ਗਾਲਾਂ ਕੱਢ ਲਓ, ਚਲੋ ਠੀਕ ਆ, ਲੇਕਿਨ ਮਾਂ ਭੈਣ ਤੇ ਮਜ਼ਾਕ ਕਰਨਾ ਗਲਤ ਗੱਲ। ਇਹਨੂੰ ਵੈਸੇ ਨਾ ਕਿਤੇ ਤੁਸੀਂ ਛੱਡੋ ਠੇਠ ਟੂਟਰ, ਇਹਨਾਂ ਪਹਿਲੇ ਆਪਣਾ ਚਾਲ ਲਾ ਲਵੇ, ਇੱਕ ਵਾਰੀ ਸਾਰਾ ਨਾਚਾ ਟਾਪਾ ਦੇਖ ਲਓ, ਫਿਰ ਤੂੰ ਇੱਥੇ ਆ ਜਾਈ। ਨਹੀਂ ਨਹੀਂ ਇਹ ਮੇਰੇ ਹਿਸਾਬ ਨਾਲ ਇਹਨਾਂ ਆਪਣੇ ਆਪ ਨੂੰ ਸਮਝਣ ਲੱਗ ਪਿਆ ਕਿ ਵੀ ਮੈਂ ਸਟਾਰ ਆ, ਸਟਾਰ ਟੈਪ ਵੀ ਮੇਰੇ ਤੇ ਲਈ ਵੱਡਾ ਗੇਟ ਖੋਲੋ, ਵੀ ਅਸੀਂ ਛੋਟੇ ਗੇਟ ਥਾਲੀ ਮੋਟਰਸਾਈਕਲ ਵਾੜ ਦੇ, ਤੇਰੀ ਕਿਤੇ ਛਿੱਲੀ ਜਾਣੀ ਆ, ਉਹਦਾ ਕਿਤੇ ਜ਼ਖਮ ਦੁਖ ਜਾਣੇ, ਵੱਡਾ ਗੇਟ ਮੇਰੇ ਲਈ ਖੋਲੋ। ਇਹ ਤੂੰ ਮੈਨੂੰ ਲਾਉਣੇ ਆ? ਉਹ ਨਹੀਂ ਪੰਜ, ਤੁਹਾਨੂੰ ਪਤਾ ਬਿਠੇ ਮੇਰੇ ਨਾਲ ਉਹ ਤੈਨੂੰ ਨਹੀਂ ਕਿਸ ਕਿਉਂ ਦੇ ਕਹਿਣੇ ਆ, 15-20 ਮਿੰਟ ਮੈਂ ਬੈਲ ਵਜਾਈ ਆ, ਬੈਲ ਨਹੀਂ ਖੋਲੀ ਕਿਸੇ ਨੇ, ਸਮਝ ਆਈ ਹੈ ਨਾ? ਅੱਧੇ ਘੰਟੇ ਤੋਂ 15-20 ਮਿੰਟ ਆ ਗਏ ਨਾ, 10 ਮਿੰਟ ਬਾਅਦ ਹੋਰ ਠਹਿਰ ਜਾ, ਤੂੰ ਆ ਜਾਣਾ ਸਹੀ ਟਾਈਮ। ਪਰ ਹਲ ਕੰਨਾਂ ਨੂੰ ਹੱਥ ਲੱਗਦੇ ਸੀ ਇਹਦੇ ਅਲਫਾਜ਼ ਸੁਣ ਕੇ। ਉਸਤਾਦ ਜੀ ਮੈਂ ਮਿੱਠੇ ਦਾ ਹੌਸਲਾ, ਤੇਰੇ ਵਰਗੇ ਬੰਦੇ ਹੁੰਦੇ ਆ ਜਿਹੜੇ ਲੜਾਈ ਕਰਾਉਂਦੇ। ਨਹੀਂ ਆਪਾਂ ਤੇ ਹੱਕ ਸੱਚ ਦੀ ਗੱਲ ਕਰਨੀ, ਮਿੱਠੇ ਦਾ ਹੌਸਲਾ ਬਗੈਰਤ ਤੋਂ ਬਗੈਰਤ ਬੰਦਾ ਵੀ ਇਹ ਗੱਲਾਂ ਨਹੀਂ ਸੁਣਦਾ ਜਿਹੜੀਆਂ ਇਹਨੇ ਸੁਣ ਲਈਆਂ। ਓਏ ਅੱਲਾ ਦਾ ਬੰਦੇ ਆ, ਉਹ ਹੋਰ ਸਿਸਟਮ ਵੀ ਹੁੰਦਾ, ਤੂੰ ਮੇਰੇ ਵੈਸੇ ਕੁਛ ਐ ਮਾਰਦੇ, ਬਗੈਰ ਤੋਂ ਬਗੈਰਤ ਕੀ? ਮੈਂ ਤੇਰੇ ਨਾਲ ਉਹ ਸਾਥ, ਤੂੰ ਆ ਸਾਥ ਕੀ ਮੈਨੂੰ ਬਗੈਰਤ ਕਹੀ ਜਾਣਾ, ਉਸਤਾਦ ਨੂੰ ਲਾਂਟੀ ਕਹੀ ਜਾਣਾ, ਤੁਸੀਂ ਉਹਨੂੰ ਡਾਂਟੋ ਯਾਰ। ਇੱਕ ਮਿੰਟ ਹੈ ਜੀ ਉਸਤਾਦ ਜੀ, ਵੈਸੇ ਹੋਇਆ ਕੀ ਇਹ ਮੈਨੂੰ ਵੀ ਤਾਂ ਦੱਸੋ। ਹੋਇਆ ਆ ਕਿ ਇਹਨਾਂ ਨੇ ਕਿਤੇ ਆਪਸ ਚ ਮਜ਼ਾਕ ਕੀਤਾ, ਇਹਨੇ ਉਹਨੂੰ ਉਹਦੇ ਘਰ ਤੱਕ ਗਿਆ ਹੈ। ਇੱਕ ਦਫਾ ਨਹੀਂ, ਹਰ ਗੱਲ ਹੀ ਇਹਨੇ ਉਹ ਕੀਤੀ। ਚਲੋ ਇੱਕ ਮਿਸਾਲ ਆ, ਤੂੰ ਉਹਦੇ ਘਰ ਤੇ ਗੱਲ ਕੀਤੀ, ਉਹਨੇ ਇੱਕ ਵਾਰੀ ਬਰਦਾਸ਼ਤ ਕਰ ਲਈ, ਦੂਜੀ ਵਾਰੀ ਕਰ ਲਈ, ਤੀਜੀ ਵਾਰੀ ਕਰ ਲਈ, 70-80 ਵਾਰੀ ਕਰ ਲਈ, 6 ਮਹੀਨੇ ਹੋ ਗਏ ਉਹਨੂੰ ਕਰਦੇ ਨੂੰ, 2-4 ਸਾਲ ਹੋ ਗਏ ਉਹ ਬਰਦਾਸ਼ਤ ਕਰਨ ਲਿਆ, ਇੱਕ ਹੱਦ ਹੁੰਦੀ ਆ ਬੰਦੇ ਦੀ। ਹਾਂ ਜੀ, 2-3 ਵਾਰੀ ਗੱਲ ਕੀਤੀ ਆ, ਬਸ 70 ਸਾਲ ਕਿਤੋਂ ਹੋ ਗਏ ਮੇਰੇ ਘਰ ਗੱਲ ਕਰਦੇ ਆ। ਇੱਕ ਮਿੰਟ ਬੇਟੇ ਵੀਰੇ, ਫਿਰ ਗੱਲ ਤੇ ਉਸਤਾਦ ਜੀ ਵਧਾਉਂਦੇ ਆ, ਫਰੀਦ ਨੇ ਕੀਤੀ ਗੱਲ ਤੇਰੇ ਘਰ, ਤੇ ਤੂੰ ਪਾਗਲ ਹੈ, ਵੱਡੇ ਆ ਕਿਉਂ ਨਹੀਂ? ਉਹ ਮੈਂ ਹਜ਼ਾਰ ਉਸਤਾਦ ਜੀ ਦਾ ਯਾਰ ਜਾ, ਇਹ ਹਜ਼ਾਰ ਗਲਤ ਗੱਲ ਆ ਜਾਵੇ ਤੇ ਕਿਸੇ ਦਾ ਹਜ਼ਾਰ ਨਹੀਂ ਕਰੀਦਾ, ਅਨਾਹ ਦਾ ਮਸਲਾ ਬਣ ਗਿਆ ਤੇਰਾ, ਨਹੀਂ ਵੱਟ ਉਹਨੂੰ। ਸ਼ਾਬਾਸ਼ ਸ਼ਾਬਾਸ਼ ਜੀਓ ਜੀਓ, ਮਿੱਠੇ ਦੇ ਹੌਸਲੇ ਦੀ ਤੇ ਸਬਰ ਦੀ ਮੈਂ ਇਹਨੂੰ ਸ਼ਾਬਾਸ਼ ਹੀ ਦਿੰਦਾ। ਇੰਨੀ ਕਿਸੇ ਕੁੱਤੇ ਨਾਲ ਹੋਵੇ ਉਹ ਪਿੰਡ ਛੱਡ ਕੇ ਵੜ, ਤੂੰ ਪਰੇ ਯਾਰ, ਤੂੰ ਆ ਕਿਹੜਾ ਕੰਮ ਕਰਨ ਨੇ ਯਾਰ? ਮੈਂ ਅੱਛਾ ਯਾਰ ਬੈਠੇ ਕੋ ਨਹੀਂ, ਤੂੰ ਯਾਰ ਨਾ ਆ ਗਿਆ ਯਾਰ, ਤੂੰ ਕੀ ਕਾਜੀ ਯਕੀਨ ਬਕਵਾਸ ਬੰਦ ਕਰੋ ਯਾਰ ਆਪਣੀ। ਚਲੋ ਜੀ ਫਰੀਦ ਸਾਹਿਬ, ਮਾਫ ਕਰ ਦਿਓ ਕੋਈ ਗੱਲ ਨਹੀਂ ਵੀਰ ਜੀ, ਨਹੀਂ ਮੈਂ ਨਹੀਂ ਕਹਾਂਗਾ, ਮੈਂ ਨਹੀਂ 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 ਮਾਫੀ ਮੰਗੋ ਤੋ, ਮੈਂ ਮਾਫੀ ਮਾਫੀ ਨਹੀਂ ਮਾਫੀ ਮੂਵੀ ਮਿੱਟਾ ਮਾਫੀ ਨਹੀਂ ਦੇਣੀ, ਗੈਰਤ ਤੋਂ ਮਾਫੀ ਨਹੀਂ ਦੇਈਦੀ, ਗੈਰਤ ਤੋਂ ਸਿਰਫ ਵੱਡੀ ਦਾ। ਉਹਨੂੰ 3.5 ਘੰਟੇ ਹੋ ਗਏ ਆ ਗੱਲਾਂ ਕੀਤੀਆਂ ਨੂੰ, 3.5 ਘੰਟੇ ਉਹਨੇ ਉਹ ਉੱਥੇ ਬੈਗ ਕੱਢ ਲਏ ਆ, ਹੁਣ ਉਹਨੂੰ ਗੈਰਤ ਜਗਾਉਣੀ ਤੂੰ। ਉਸਤਾਦ ਜੀ ਕਤਲ ਦਾ ਬਦਲਾ ਕਤਲ, ਗੈਰਤ ਦਾ ਬਦਲਾ ਗੈਰਤ, ਮੈਂ ਉਹਨੂੰ ਜਦੋਂ ਚਾਹਾਂ ਪਰੋ ਦਵਾਂ, ਪਰੋ ਦਾ ਬਸ ਸੋਹਣੀ ਲੜੀ ਧੋਣੀ ਆ, ਲੇਕਿਨ ਮੈਂ ਕਹਿੰਦਾ ਯਾਰ ਪਿੱਛੇ ਬੱਚੇ ਆ, ਬੱਚਿਆਂ ਦੀ ਫਿਕਰ ਮੈਂ ਕਰ, ਮੈਂ ਪਾ ਦੂੰਗਾ ਪ੍ਰੋਵਨ ਯਾਰ, ਚ ਰੋਟੀ ਲੈ ਕੇ ਵੀ ਨਹੀਂ ਆਉਣੀ, ਮੈਂ ਅੱਲਾ ਜਾਣਦਾ ਭਰਾਵਾ, ਲੈ ਕੇ ਨਹੀਂ ਤੂੰ ਉਹ ਸੁਰਤੀ ਵੀ ਨਹੀਂ ਪੜਨੀ ਜਿਸ ਮੈਂ ਉਹਦੇ ਵਿੱਚ ਬਹਿਣ ਵਾਲਾ, ਤੂੰ ਭਾਈ ਆ ਯਾਰ, ਭਾਈ ਲੱਗਾ ਉਸਤਾਦ ਜੀ, ਯਕੀਨ ਕਰੋ ਕਿ ਪਹਿਲੀ ਗੱਲ ਹੀ ਐਸੀ ਸੀ ਕਿ ਮਿੱਠਾ ਚੁਰੀਆਂ ਮਾਰ ਦਿੰਦਾ, ਉਹ ਇਹਦੀ ਹਿੰਮਤ ਆ ਸੁਣ ਗਿਆ, ਮੈਂ ਕਹਿੰਦਾ ਬੜੀ ਗੱਲ, ਉਹ ਕੀਤੀ ਕੀ ਸੀ ਮੈਨੂੰ ਵੀ ਤਾਂ ਦੱਸ।
ਯਾਰ ਉਹਨੇ ਕੋਈ ਗੱਲ ਕਰ ਦਿੱਤੀ ਨਾ ਉਹਦੇ ਘਰ ਤੇ, ਇਹ ਆਪਸ ਚ ਮਜ਼ਾਕ ਕਰਦੇ, ਇਹਨੇ ਵੀ ਕੋਈ ਕੀਤੀ ਸੀ ਜਾਂ ਸਿਰਫ ਇਹਨੇ ਕੀ? ਨਹੀਂ ਉਹ ਤੇ ਚੁੱਪ ਕਰਕੇ ਸੁਣਦਾ ਰਿਹਾ, ਪਤਾ ਨੀ ਕੀ ਵਿਚਾਰੇ ਨੂੰ ਮਸਤ ਹੋਇਆ ਸੀ, ਲੇਕਿਨ ਗੁੱਸਾ ਐਂਡ ਤੇ ਕੀਤਾ ਜਦੋਂ। ਫਰੀਦ ਸਾਹਿਬ ਤੁਸੀਂ ਨਾ ਗੱਲਾਂ ਗੱਲਾਂ ਚ ਵੈਸੇ ਬਗੈਰਤੀ ਕਰ ਜਾਂਦੇ ਹੋ, ਤੁਹਾਨੂੰ ਪਤਾ ਨੀ ਲੱਗਦਾ? ਤੇ ਐ ਨੀ ਕਰਦਾ ਬਗੈਰਤੀ, ਇਹਨੇ ਵੱਡਿਆ ਕਿਉਂ ਨੀ ਮੈਨੂੰ ਉਸਤਾਦ ਜੀ, ਮੇਰਾ ਖੂਨ ਖੋਲਣ ਡਿਆ, ਮੈਂ ਤੁਹਾਨੂੰ ਦੱਸ ਨੀ ਲੱਗਦਾ, ਜਾਂ ਕੋਈ ਗੱਡੀ ਚ ਉਸਤਾਦ ਜੀ ਦੀ ਗੱਡੀ ਚੋਂ ਕੋਈ ਸ਼ਾਇਦ ਕੱਢ ਕੇ ਲਿਆ, ਮਾਰ ਦੇ ਦਿਮਾਗ ਹੋਇਆ ਕਿ ਦਿਨ ਦਿਹਾੜ ਆਉਂਦੇ ਉਹ ਛੱਡ ਦੇ, ਮੈਂ ਕਹਿਣ ਡਿਆ ਮੈਂ ਸਾਂਭ ਲੂੰਗਾ। ਮੇਰੀ ਗੱਡੀ ਚੋਂ ਨਾ ਕੁਛ ਕੱਢ ਕੇ ਲੈ ਗਏ, ਮੇਰੀ ਗੱਡੀ ਚੋਂ ਅੱਗੇ ਪੰਜ ਛੇ ਚੀਜ਼ਾਂ ਕੱਢ ਲਈਆਂ ਕਿਸੇ। ਸਰ ਜੀ ਇਹਨੂੰ ਸਮਝਾਓ ਕਿਉਂਕਿ ਇੰਨੇ ਹੱਦ ਟੱਪ ਗਈ ਆ। ਯਾਰ ਇੱਕ ਮਿੰਟ ਹੈ ਦਿਓ। ਹਾਂਜੀ ਤੁਸੀਂ ਆਪਣੇ ਕੀ ਕਹਿਣਾ ਚਾਹ ਰਹੇ ਹੋ? ਮੈਂ ਸਿਰਫ ਇਹ ਕਿਹਾ ਵਾ ਕਿ ਜੋ ਹਾਲਾਤ ਇਹ ਲੈ ਕੇ ਆਉਂਦਾ ਵਾ ਘਰੋਂ, ਆਹ ਵੇਖੋ ਕੱਪੜੇ ਸਤਾ ਜੀ। ਯਾਰ ਤੈਨੂੰ ਇਹਦੀ ਕੀ ਤਕਲੀਫ ਆ? ਤੂੰ ਉਦਾਂ ਕਹਿ ਕੇ ਯਾਰ ਮਿੱਠੇ ਪਿਆਰ ਮੈਂ ਬੰਨਾ ਕਹਿ, ਤੂੰ ਉਹਦੇ ਘਰ ਤੇ ਅਟੈਕ ਕਰਿਆ ਕਿ ਉਹ ਨੀ ਸਹੀ, ਉਹ ਨੀ ਤੈਨੂੰ ਤਿਆਰ ਕਰਦੇ, ਉਹਨਾਂ ਚ ਨੁਕਸਾਨ, ਇਹ ਤੂੰ ਕਿਉਂ ਗੱਲ ਕਰ? ਇਹ ਨੀ ਕਿਹਾ। ਔਰ ਉਹਦਾ ਕੀ ਮਾੜਾ ਕੱਪੜਾ ਵਾ? ਉਹਦਾ ਅਰਬੀ ਮਲਾਈ ਆ, ਅਰਬੀ ਮਲਾਈ, 2500 ਰੁਪਏ ਦਾ ਸੂਟ ਵਾ, 1400 ਰੁਪਏ ਸਿਲਾਈ, ਤੇ ਆ ਜੁੱਤੀ ਵਿਆਹ ਦੀ ਆ 6000 ਦੀ। ਲਓ ਜੀ ਹੁਣ ਆਪਣੀ ਇਮਾਨਦਾਰੀ ਨਾਲ ਇੱਕ ਵਾਰੀ ਨਜ਼ਰ ਮਾਰ ਕੇ ਵੇਖਿਓ ਉਸਤਾਦ ਜੀ, ਜੇ ਇੱਧਰ ਨਜ਼ਰ ਮਾਰ ਕੇ ਕਿਹਾ ਵੀ ਪਾਣੀ ਆ ਗਿਆ ਅੱਖਾਂ ਚ ਵੀ ਮੇਰੇ ਕੋ ਕਿਉਂ ਨੀ ਹੈ। ਲਓ ਜੀ ਅੱਜ ਚਿੜੀ ਸ਼ਿਕਾ ਖੇਲਣ ਵਾਲੀ ਵਰਦੀ ਪਾਈ ਆ, ਟ੍ਰੋਜਰ ਦੇਖ ਤੂੰ, ਤੇਲ ਬਦਲਦਾ ਗੱਡੀਆਂ ਦਾ, ਕਿੱਡਾ ਬੁਰਾ ਟ੍ਰੋਜਰ ਪਾ ਕੇ ਆ ਯਾਰ। ਇਹਨਾਂ ਦੇ ਇਹੀ ਨੀ ਰੋਲੇ ਮੁੱਕੇ ਆ ਬੇਟੇ। ਮੈਂ ਤੈਨੂੰ ਗੱਲ ਦੱਸਾਂ, ਅੱਲਾ ਮਾਫੀ ਕਹਿਣਾ ਜੀ, ਮੇਰੇ ਚਾਚਾ ਜੀ ਨੇ ਉਹਨਾਂ ਦੇ ਇੱਕ ਦੋਸਤ ਨੇ ਕਿਹਾ, ਹੋਰ ਸੁਣਾ ਤਬੀਅਤ ਠੀਕ ਆ, ਬੀਵੀ ਬੱਚੇ ਸਭ ਖੈਰੀਅਤ ਨਾਲ? ਉਹਨੇ ਸਿਰਫ ਇੰਨੇ ਕਿਹਾ ਮੇਰੇ ਚਾਚੇ ਨੇ ਮੱਥਾ ਪਾੜਦਾ ਸੀ ਕਿ ਬੀਵੀ ਦਾ ਨਾਂ ਕਿਉਂ ਲਿਆ? ਨਾਂ ਕਿਉਂ ਲਿਆ? ਤੂੰ ਕਿੱਡਾ ਨਾਲ ਬੰਦਾ ਯਾਰ, ਇੱਡਾ ਘਟੀਆ ਇਨਸਾਨ ਯਾਰ, ਵਿੱਚ ਵਿੱਚ ਹੱਸਦਾ ਰਿਹਾ ਗੱਲਾਂ ਸੁਣ ਕੇ ਯਾਰ, ਉਹ ਬਰਦਾਸ਼ਤ ਕਰਦਾ ਰਿਹਾ ਹੋਏਗਾ ਨਾ, ਲੇਕਿਨ ਇੱਕ ਬੰਦੇ ਦੀ ਲਿਮਿਟ ਹੁੰਦੀ ਆ। ਮਾਮੂ ਮੇਰਾ ਵਿਆਹ ਤੇ ਜਾਣਾ ਸੀ, ਉਹ ਬੰਦੇ ਨੇ ਕਿਹਾ ਕਹਿੰਦਾ ਭਰਜਾਈ ਨੂੰ ਵੀ ਲੈ ਕੇ ਆਉਣਾ, ਬਸ ਫੁੱਲ ਪਾੜਦੇ ਸੀ। ਨਹੀਂ ਜਿਹੜਾ ਭੂਆ ਅੱਜ ਹੋਇਆ ਨਾ, ਅੱਗ ਲਾ ਦੇਣੀ ਸੀ ਫਰੀਦ ਨੂੰ, ਜੇ ਕੋਈ ਗੈਰਤਮੰਦ ਬੰਦਾ ਹੁੰਦਾ ਤੇ। ਉਹ ਯਾਰ ਕੋਈ ਯਾਰ, ਮੈਂ ਬਗੈਰਤਾ ਹਾਂ ਯਾਰ, ਕਿਤੇ ਮੈਂ ਇਹ ਨਹੀਂ ਕਹਿ ਰਿਹਾ। ਨਹੀਂ ਤੂੰ ਹਾਂ ਕਿਹੜੀ ਗੱਲ ਕਰਦਾ, ਕੋਈ ਮਿਸਾਲ ਤਾਂ ਸਹੀ ਦੇ ਯਾਰ। ਮੈਂ ਤੇਰੇ ਸਬਰ ਦੀ ਗੱਲ ਕਰ ਰਿਹਾ ਯਾਰ ਮਿੱਠੇ, ਬੜੀ ਗੱਲ ਆ, ਤੂੰ ਚੁੱਪ ਰਹਿ। ਤੂੰ ਗੱਲ ਮਿਸਾਲ ਦੀ ਕਰੀ, ਤੇਰੇ ਕੋਲ ਸਾਬ ਦੀ ਗੱਲ ਆ, ਗੱਲ ਕਰਦਾ ਤੂੰ ਯਾਰ, ਦਾਤੀਆਂ ਕਾ ਮੂੰਹ ਲੈ ਕੇ, ਤੂੰ ਜਾਂ ਮੇਰੀ ਸਾਈਡ ਲੈ ਲੈ, ਉਹਦੀ ਸਾਈਡ ਲੈ ਲੈ, ਤੂੰ ਗੱਲ ਮੇਰੇ ਨਾਲ ਨਹੀਂ ਕਰਦਾ, ਸਾਈਡ ਤੂੰ ਉਹਦੀ ਲੈਣ ਦੇ। ਇਹਨੇ ਜ਼ਿਆਦਤੀ ਕੀਤੀ, ਮੈਂ ਤੇ ਐਲਾਨੀਆਂ ਕਹਾਂਗਾ ਕਿਉਂਕਿ ਉਹ ਜਿਹੜੇ ਅਲਫਾਜ਼ ਇਹਨੇ ਬੋਲੇ ਆ ਉਹ ਯਾਰ ਤੂੰ ਛੱਡਦੇ ਰਹਿਣ ਤੇ ਲਾਂਤ ਪਾ ਲਫਾ ਜਾਂਦਾ ਯਾਰ। ਉਹ ਲਾਂਤ ਪਾ ਉਹ ਛੋਟੀ ਗੱਲ ਆ ਤੇਰੇ ਲਈ, ਉਹ ਖਾਨਦਾਨ ਨੂੰ ਮਰ ਜਾਂਦੇ ਸੀ ਬਗੈਰ ਤਾਂ, ਅੱਧਾ ਘੰਟਾ ਹੋ ਗਿਆ ਬੈਲ ਵਜਾਉਂਦਾ ਰਿਹਾ ਵਾ, ਉਹਨੂੰ ਮੈਂ ਹੁਣ ਦੱਸਣਾ ਹੀ ਕਿ ਮੈਂ ਕੀ। ਬਾਕੀ ਫੈਸਲ ਭਾਈ ਖਾਨਦਾਨੀ ਬੰਦਾ ਇਹੋ ਜਿਹੀਆਂ ਗੱਲਾਂ ਨਹੀਂ ਸੁਣਦਾ, ਜਿਹੋ ਜਿਹੀਆਂ ਇਸ ਬੰਦੇ ਨੇ ਸੁਣ ਕੇ। ਓਏ ਮੈਂ ਛਲੇਡੇ ਦਾ ਮੁੰਡਾ, ਮੈਂ ਖਾਨਦਾਨੀ ਨਹੀਂ ਯਾਰ, ਤੂੰ ਗੱਲ ਮੇਰੇ ਨਾਲ ਦੀ ਕਰ ਯਾਰ ਉਸਤਾਦ ਜੀ, ਕੋਈ ਗੱਲ ਕਰਨ ਵਾਲੀ। ਯਾਰ ਤੂੰ ਪਹਿਲੇ ਇਹ ਦੱਸ ਕਿ ਤੂੰ ਹੁਣ ਫੈਸਲਾ ਬਾਹਰ ਬੈਲ ਵਜਾਉਣ ਦਾ ਕਰਾਉਂਦੇ ਆ ਕਿ ਇਹਨਾਂ ਦਾ ਕਰਾਉਂਦੇ? ਉਸਤਾਦ ਜੀ ਮੈਂ ਇਹਨਾਂ ਦਾ ਕਰਾਉਣਾ, ਗੱਲ ਪਤਾ ਕੀ ਉਸਤਾਦ ਜੀ, ਇਹ ਬਰਾਦਰੀ ਦਾ ਨੱਕ ਲਵਾਉਣ ਡਿਆ ਆਪਣਾ, ਗਲਤ ਆਦਮੀ। ਉਹ ਮੈਂ ਬਰਾਦਰੀ ਇੱਕ ਸਿਟੀ ਜਾਣ ਦਾ ਵੀ ਨੱਕ ਲਵਾਉਣਾ ਭੈਣਿਆ, ਤੂੰ ਤੇਰਾ ਤਾਂ ਰਾਈਟ ਬਣਦਾ। ਖਾਲਾ ਮੇਰੀ ਉਸਤਾਦ ਜੀ, ਜ਼ਰਾ ਸੁਣਨਾ ਗੱਲ, ਖਾਲਾ ਮੇਰੀ ਹੈ, ਖਾਲਾ ਨਾਲ ਮੇਰਾ ਖਾਲੂ ਆ ਕੇ ਨਾ ਮਾਮੂ ਨੂੰ ਕਹਿੰਦੇ, ਪੁੱਤਰ ਇਹ ਸੂਟ ਇੱਕ ਤੂੰ ਰੱਖ ਲਈ, ਇਹ ਇੱਕ ਸਾਡੀ ਨੂੰਹ ਨੂੰ ਦੇ ਦੇਣਾ। ਬਸ ਖਾਲੂ ਨੇ ਸਿਰਫ ਨੂੰਹ ਦਾ ਨਾਂ ਹੀ ਲਿਆ, ਅੱਲਾ ਮਾਫੀ ਦਿਓ, ਅੱਜ ਵੀ ਕੰਨ ਵੱਡੇ ਮਿੱਠੇ ਗੈਰਤ ਹੈ ਹੁੰਦੀ ਹੂ ਕਿ ਨਾ ਲਿਆ ਤੇ ਤੇਰੇ ਸਾਹਮਣੇ ਪਤਾ ਨਹੀਂ ਕੀ ਕੀਤਾ। ਚਾਚੂ ਵਿਹਲਾ ਵਾ ਫੇਰ ਕੰਨ ਨੂੰ ਲਾਏ, ਹਾਂ ਉਹਨੂੰ ਕਹੋ ਮੈਂ 2-4 ਰੁਪਏ ਦੇ ਦੂੰ, ਇਹਦਾ ਵੀ ਕੰਨ ਲਾਇਆ। ਉਹ ਯਾਰ ਤੇਰੀ ਗੱਲ ਕੀਤੀ, ਉਹਦੀ ਬੁੱਢੀ ਆ ਮਰੇ, ਤੇਰੀ ਬੁੱਢੀ ਤੇ ਪਤਲਾ ਗੱਲ ਕੀਤੀ ਸਾਡੀ ਕੀਤੀ ਹੈ ਵਾਕਿਆ ਦੀ ਘਰ ਦੇ ਦੱਸੀ ਜਾਣ ਪਈ, ਹੁਣ ਉਹਨੂੰ 4 ਪੀਸ ਕਰਦਾ ਫੇਰ ਠੀਕ ਆ, ਬੋਨਲੈਸ ਬਣਾ ਦਵਾਂ ਉਹਦੇ ਮੈਂ, ਆਪਣੀ ਗੈਰਤ ਦਾ ਕਰਕੇ ਮਾਰੇ ਸਾਜੀ। ਵੈਸੇ ਗੈਰਤ ਬਾਅਦ ਦੇ ਵਿੱਚੋਂ, ਲੇਕਿਨ ਜਿਹੜਾ ਮੈਂ ਖਲੋਤਾ ਰਿਹਾ ਬਾਹਰ ਅੱਧਾ ਘੰਟਾ, ਤੇਰੀ ਗੁਫ਼ਤਗੂ ਤਾਂ ਲੱਗਣੀ ਡੇ ਵੀ ਗੈਰਤ, ਮੈਂ ਤਾਂ ਬੈਲ ਪਹਿਲਾਂ ਆ।
ਬਹਿਲਦਾ ਕਰਕੇ ਮਾਰ ਦਵਾਂ ਉਹਨੂੰ ਗੈਰਤ ਲਾਣ ਤੋਂ ਭਾਵ ਛੱਡ ਸਾਡੀਆਂ ਧੀਆਂ ਭੈਣਾਂ ਨੂੰ ਜੋ ਹੁੰਦਾ ਹੋਈ ਜਾਣ ਦੇ ਬਹਿਲ ਤੋਂ ਆਓ ਜੀ ਬਹਿਲ ਤੋਂ ਡੰਡੇ ਛੋਟੇ ਕੱਢ ਲਓ ਯਾਰ ਠਹਿਰ ਜਾਓ ਮੇਰੇ ਹਿਸਾਬ ਨਾਲ ਨਾ ਜਿਸ ਬੰਦੇ ਨੂੰ ਪੈਣੀਆਂ ਚਾਹੀਦੀਆਂ ਨੇ ਨਾ ਸਹੀ ਉਹ ਐ ਉਹਦੀ ਵਜ੍ਹਾ ਸੁਣ ਲਓ ਇਹ ਭਖਾ ਰਿਹਾ ਅੱਗ ਲਾ ਰਿਹਾ ਉਹਨੂੰ ਭਖਾ ਰਿਹਾ ਇਹ ਅਸਲ ਫਸਾਦ ਦੀ ਜੜ ਇਹ ਆ ਹਾਂਜੀ ਅੱਛਾ ਜਿਹੜਾ ਸੱਚ ਬੋਲੇ ਇਹਨੇ ਜੋ ਹੁਣ ਉਹਦੇ ਘਰ ਦੀ ਦੀਆਂ ਤਾਰੀਫਾਂ ਕੀਤੀਆਂ ਉਹਦੇ ਸਾਹਮਣੇ ਮੂੰਹ ਤੇ ਬਹਿ ਕੇ ਗਲਤ ਗੱਲ ਸੀ ਮੇਰੇ ਜ਼ਮੀਨ ਮੇਰਾ ਕੁੱਤਾ ਜੀ ਪੱਟੇ ਮੈਂ ਕੋਈ ਦਿਲ ਕਰ ਦਵਾਂ ਵਿੱਚ ਵੜ ਜਾਵਾਂ ਵੜ ਜਾ ਯਾਰ ਵੜ ਜਾ ਖੋਲ ਯਾਰ ਪਿਛਾ ਖੋਲ ਇਹਨੇ ਵੜਨੇ ਜਾ ਵੜ ਜਾ ਉਹ ਯਾਰ ਗੱਲ ਸੁਣੋ ਤੁਸੀਂ ਉਸਤਾਦ ਜੀ ਗੱਲ ਇਹ ਆ ਮੈਂ ਇਹ ਗੱਲ ਕੀਤੀ ਏ ਤੇਰੀ ਜੇਬ 'ਚ ਪੈਸਾ ਨਹੀਂ ਹੁੰਦਾ ਤੂੰ ਤਾਂ ਮੰਗਣ ਵਾਲਿਆਂ ਨੂੰ ਜੈਸ ਕੈਸ਼ ਕਰਦਾ ਫਿਰਦਾ ਵੀ ਹਾਂ ਲੱਖ ਕਰਤਾ ਡੇਢ ਲੱਖ ਕਰਤਾ ਤੇਰੇ ਘਰ ਤੋਂ ਰਾਸ਼ਨ ਦੀਆਂ ਲਾਈਨਾਂ ਲੱਗੀਆਂ ਲੋਕੀ ਆਹੋ ਭਗਤ ਕਰਦੇ ਫਰੀਦ ਲਗਾ ਰਹੀ ਫਰੀਦ ਲਗਾ ਰਹੀ ਹਾਂ ਇਹੀ ਰੌਲਾ ਉਹਨੇ ਵੇਖ ਲਿਆ ਕੋਈ ਗੱਲ ਮੈਂ ਕਹਿਣ ਡਿਆ ਬੇਗਮ ਨੂੰ ਤੂੰ ਇਸ ਤਰ੍ਹਾਂ ਤੂੰ ਥੱਲੇ ਲੱਗਾ ਤੂੰ ਬੁੱਢੀ ਨੂੰ ਸਮਝਾ ਕੇ ਮੇਰੀ ਜੇਬ 'ਚ ਪੈਸੇ ਰੱਖਿਆ ਕਰੇ ਇਹ ਗੱਲ ਦੇ ਉੱਤੇ ਤੂੰ ਉਹਨੂੰ ਕਿੱਥੇ ਏਡਾ ਮਾੜਾ ਵੇਖ ਲਿਆ ਵੀ ਤੇ ਕੋਈ ਪੈਸੇ ਨੀ ਹੁੰਦੇ ਤੇ ਤੂੰ ਕੀ ਆ ਆਹੋ ਵੀ ਦੱਸ ਨਾ ਸਹੀ ਵੀ ਤੇਰੀ ਰਾਤ ਨੂੰ ਬੈਂਕ ਚ ਮੰਜੀ ਆ ਵੀ ਤੂੰ ਪੂਰਾ ਕੈਸ਼ ਹੈ ਕੈਸ਼ ਲਈ ਕਿਹੜੀ ਜੀ ਕੰਮ ਕਰਦਾ ਵੀ ਸਾਰਾ ਤੇਰੇ ਕੋਲ ਰੁਪਈਆ ਵਾ ਸਹੀ ਸਾਨੂੰ ਸਾਰਾ ਹੀ ਪਤਾ ਵਾ ਵੀ ਤੇਰੇ ਕੋਲ ਕੀ ਹਿਸਾਬ ਕਿਤਾਬ ਆ ਤੇਰੇ ਕੱਪੜੇ ਨੀ ਹਦਾਇਤ ਵਾਲੇ ਹੈਗੇ ਵੇਖ ਤਾਂ ਵੀ ਘਰੋਂ ਨੈਟ ਕਰ ਨਿਕਲਿਆ ਤੂੰ ਯਾਰ ਕੱਪੜੇ ਜਿੱਦਾਂ ਦੇ ਮਰਜ਼ੀ ਬੇਗਮ ਦੇ ਮਤਲਬ ਤਾਂ ਗੱਲ ਨੀ ਨਾ ਸੁਣਦਾ ਐਸ ਕੋਲ ਨੂੰ ਖਰੀਦੀ ਸੀ ਤਾਰੀਫ ਕਰਦੇ ਤੇ ਬੈਲ ਦਾ ਕੀ ਕਰਨਾ ਬੈਲ ਦਾ ਸਾਜੀ ਦੇਖੋ ਅੱਧਾ ਘੰਟਾ ਬੈਲ ਵੀ ਹੈ ਅੱਲਾ ਜਾਣਦਾ ਮੈਂ ਧੁੱਪੇ ਕੋਲ ਉਤਾਰਿਆ ਵਾ ਮਿੱਠੇ ਮੇਰਾ ਭਤੀਜਾ ਤੈਨੂੰ ਮੈਂ ਹੁਣ ਦੱਸਾਂ ਸਾਜੀ ਉਹਦੇ ਟੀਚਰ ਨੇ ਕਿਹਾ ਅੰਮੀ ਕੋ ਬੋਲਣਾ ਕਿ ਹੋਮਵਰਕ ਕਰਵਾ ਕੇ ਭੇਜਿਆ ਕਰੇ ਬਸ ਇੰਨਾ ਹੀ ਸਿਰਫ ਨਾ ਲਿਆ ਮੇਰਾ ਭਤੀਜਾ ਛੋਟਾ ਜਿਹਾ ਉਸਤਾਦ ਜੀ ਉਹਨੇ ਪਸਲੀ ਤੋੜਤੀ ਟੀਚਰ ਦੀ ਸਾਰਾ ਟੱਬਰ ਅੰਦਾਜ਼ ਤੇ ਪੜਿਆ ਹੁਣ ਮੇਰੀ ਵਾਰੀ ਸਾਰਾ ਬੰਦ ਹੋਇਆ ਫਿਰਦਾ ਮੇਰੀ ਵਾਰੀ ਇਹਨੇ ਬੰਦਾ ਇੱਕ ਮਰਵਾਉਣਾ ਵਾ ਦੇਖੀ ਨਾਲ ਕੇ ਸਾਰੇ ਪੁੱਛ ਜਾਓ ਖੁੱਡਾ ਹੀ ਬੰਦੇ ਫਿਰਨੇ ਇਹ ਮੇਰੇ ਕੋਲ ਬੰਦਾ ਮਰਵਾ ਲੈਣ ਇਹ ਚਾਚੇ ਚਾਪਾ ਜਦੋਂ ਨਜ਼ਰ ਆ ਕੇ ਮੈਨੂੰ ਫੜ ਲਈ ਬੰਦਾ ਇੱਕ ਮਰਵਾਉਣਾ ਇਹਨੇ ਬਸ ਉਹ ਬੰਦਾ ਬੰਦਾ ਮਾਰਨ ਵਾਸਤੇ ਜਿਗਰਾ ਚਾਹੀਦਾ ਅੱਧਾ ਘੰਟਾ ਬਾਹਰ ਮੈਂ ਬੈਲ ਵਜਾਈ ਹੂੰ ਉਹ ਯਾਰ ਮੇਰੇ ਮਾਰ ਦੋ ਤੋਫਾ ਕਰਾ ਸਾਡੀਆਂ ਧੀਆਂ ਭੈਣਾਂ ਮੇਰੇ ਮਾਰ ਛਿੱਟਰ ਮਾਰ ਬੈਲ ਮੈਂ ਨੀ ਪੂਰਾ ਖੋਲਿਆ ਉਸਤਾਦ ਜੀ ਨੇ ਕਿਹਾ ਵਾ ਫੈਸਲਾ ਤੂੰ ਧੀਆਂ ਭੈਣਾਂ ਦਾ ਕਰਾਉਣਾ ਗੱਲ ਤੇਰੀ ਬੈਲ ਵੀ ਆਈ ਭਾਈ ਮਿੱਠੇ ਛਿੱਤਰ ਇੱਦਾਂ ਨਹੀਂ ਉਹਨੇ ਮਾਰਤੇ ਜਿਹੜੇ ਮਾਰਨੇ ਤੂੰ ਉਦੋਂ ਕੁਛ ਕਰ ਨਹੀਂ ਸਕਿਆ ਰੁੱਸ ਕੇ ਉੱਥੇ ਬਹਿ ਗਿਆ ਤੂੰ ਤੰਗਾ ਹੁੰਦਾ ਉਹਨੂੰ ਗਿਰੇਬਾਨ ਤੋਂ ਫੜਦਾ ਤੂੰ ਜਿਹੜੀਆਂ ਹੱਕ ਤੇ ਠੀਕ ਸੀ ਚੁੱਪ ਪੜਦਾ ਰੱਖ ਜਿਹਦਾ ਵੀ ਆ ਲੇਕਿਨ ਇਸ ਗੱਲ ਨੂੰ ਦਾਨਿਸ਼ ਗੈਰ ਦਾਨਿਸ਼ ਤੇਰੇ ਮਤਲਬ ਤੇਰੀ ਫੈਮਿਲੀ ਦੇ ਮਤਲਬ ਕੋਈ ਗੱਲ ਕਰੇ ਹੁਣ ਤੱਕ ਦੱਸ ਕੀ ਹੋਣਾ ਮੈਂ ਚੀਰ ਕੇ ਲੰਘ ਦੇਣਾ ਸੀ ਹੁਣ ਤਾਂ ਟੋਟੇ ਪਏ ਹੋਣੇ ਸੀ ਇਹਦੇ ਇੱਥੇ ਓਏ ਮੈਂ ਹੁਣ ਤੈਨੂੰ ਕੀ ਕਵਾਂ ਇਹ ਨਕਸ਼ ਤੋਂ ਲੱਗਦਾ ਵੀ ਤੈਨੂੰ ਕੋਈ ਤੇਰੀ ਫੈਮਿਲੀ ਦੀ ਗੱਲ ਕਰੂਗਾ ਮੇਰੇ ਨੈਣ ਨਕਸ਼ ਜਿਵੇਂ ਦੇ ਵੀ ਆ ਮੇਰੇ ਗੈਰਤ ਵੱਲ ਕੋਈ ਉਂਗਲੀ ਉਠਾ ਜਾਏ ਮੈਂ ਉਹਦੀ ਬਾਂਹ ਲਾ ਦਿਆਂ ਲੈ ਫਿਰ ਮੈਂ ਇਸ ਮਾਮਲੇ 'ਚ ਉਹਦੇ ਲੋ ਮੁਤਮਿਨ ਆ ਤਾਂ ਕਰਕੇ ਮੈਂ ਰਿਲੈਕਸ ਬੈਠਾ ਡੁੱਬ ਕੇ ਮਰ ਜਾਏ ਨਹੀਂ ਨਹੀਂ ਪ੍ਰੋਫੈਸਰ ਸਾਹਿਬ ਮੈਂ ਸਾਜ ਹੀ ਗੱਲ ਕੀਤੀ ਆ ਕਿ ਤੂੰ ਜੋ ਆਪ ਬੱਚੇ ਛੱਡਣ ਜਾਂਦਾ ਵਾ ਸਾਰਾ ਕੁਛ ਤੂੰ ਪੈਸੇ ਦੇ ਕਿਸੇ ਨੂੰ ਤੂੰ ਏਦਾਂ ਗੱਲਾਂ ਆਣ ਕੇ ਸਾਨੂੰ ਦੱਸਣਾ ਕੱਲੀ ਕੱਲੀ ਗੱਲ ਕਰਦੀ ਇੱਥੇ ਮੇਰੇ ਨਾਲ ਇਹ ਸ਼ੇਅਰ ਕਰਦਾ ਯਾਰ ਉਹ ਇੱਕ ਗੱਲ ਹੋਰ ਆ ਤੁਸੀਂ ਯਾਰ ਦੋਸਤ ਆਪਸ ਲੇਕਿਨ ਜਦੋਂ ਤੂੰ ਕਹੇਗਾ ਤੇਰੀ ਬੁੱਢੀ ਤੈਨੂੰ ਪੈਸੇ ਤੂੰ ਸਵੇਰੇ ਬੁੱਢੀ ਕੋਲ ਲੈ ਕੇ ਆਉਣਾ ਤੈਨੂੰ ਕੱਪੜੇ ਨੀ ਪਵਾ ਇਹ ਹੋਰ ਗੱਲ ਨਹੀਂ ਔਰ ਮੇਰੀ ਗੱਲ ਸੁਣੋ ਨਾ ਕਿਸੇ ਦੀ ਸ਼ਰਾਫਤ ਨੂੰ ਜਾਂ ਕਿਸੇ ਮਜਬੂਰੀ ਤੋਂ ਵਲਾ ਜਾਂਦਾ ਉਹਨੂੰ ਉਹਦੀ ਬੁਜ਼ਦਲੀ ਨੀ ਸਮਝੀਦਾ ਹੁੰਦਾ ਉਸਤਾਦ ਜੀ ਸ਼ਰਾਫਤ ਇੱਕ ਜਗ੍ਹਾ ਤੇ ਆ ਕੇ ਮੁੱਕ ਜਾਂਦੀ ਹੈ ਇਹ ਉੱਤੋਂ ਕਿਤੇ ਅੱਗੇ ਚੱਲ ਗਿਆ ਲੇਕਿਨ ਇਹਦੀ ਬਰਦਾਸ਼ਤ ਮੈਂ ਬੜੀ ਗੱਲ ਯਾਰ ਭਰਾਵਾ ਤੂੰ 2 ਮਿੰਟ ਸਬਰ ਕਰੇਗਾ ਉਸਤਾਦ ਜੀ ਫੈਸਲਾ ਕਰਾਉਣੀ ਡੇ ਚਲੋ ਕਰਾ ਲਓ ਲਓ ਜੀ ਗੱਲ ਇਹ ਆ ਭਾਈ ਗੰਦੀ ਸ਼ਰਾਬ ਵਰਗਾ ਤੇਰਾ ਮੂੰਹ ਆ ਤੂੰ ਸਾਨੂੰ ਗੱਲਾਂ ਕਰਦੇ ਆ ਉਹ ਯਾਰ
ਬਸ ਕਰ ਜਾ ਮੇਰਾ ਕਜ਼ਨ ਅੱਲਾ ਮਾਫੀ ਦੋ ਉਸਤਾਦ ਜੀ ਦੋ ਉਹਨੂੰ ਫੋਨ ਕਰਦੀ ਮਿੱਠੇ ਨੂੰ ਮਾਰਤਾ ਇੱਕ ਨੂੰ ਫੋਨ ਕਰ ਸਹੀ ਮਾਰ ਦਵਾ ਮਾਰ ਕਰ ਦਵਾ ਸਾਰੇ ਮੇਰਾ ਕਰਕੇ ਤੁਸੀਂ ਬਹਾਦਰ ਹੋਏ ਆ ਕੰਮ ਕਰ ਅੱਜ ਤੱਕ ਤੇਰੇ ਘਰ ਚ ਕੋ ਬਕਵਾਸ ਨਹੀਂ ਸੁਣਿਆ ਵੀ ਕਹੀ ਨੇ ਕੋ ਬਿੱਲੀ ਨੂੰ ਬਟਾਈ ਮਾਰ ਆਵੇ ਹੁਣ ਮੇਰਾ ਉਹ ਬੰਦਾ ਮਾਰ ਦਵਾ ਮੈਂ ਹੁਣ ਤੇ ਸਾਰੇ ਦੇਖੀ ਤੈਨੂੰ ਗੇਮਾਂ ਚ ਲੱਭਣੇ ਸਾਰੇ ਜਵਾਰੀ ਨਿਕਲ ਆਉਣੇ ਬੰਦਾ ਵਾ ਹੁਣ ਮਾਰ ਦਵਾ ਉਹ ਵੀ ਕਿਸੇ ਧੀ ਉਹ ਖੈਰਾ ਤਾਂ ਲੋ ਪੂਰੇ ਆ ਮਿੱਠੇ ਅੱਛਾ ਯਾਰ ਅਸੀਂ ਜੋ ਵੀ ਆ ਲੇਕਿਨ ਖੈਰਾ ਤਾਂ ਲੋ ਪੂਰੇ ਆ ਕੋਈ ਕਰੇ ਹਾਂ ਗੱਲ ਸਾਡੀ ਫੈਮਿਲੀ ਦੀ ਮੈਂ ਬਗਾਰਤ ਸਹੀ ਆ ਫਿਰ ਤੋਰੇ ਜਾ ਇੰਜੋਏ ਕਰ ਮੈਂ ਬਗਾਰਤ ਸਹੀ ਕਰ ਤੂੰ ਓਏ ਬਕਵਾਸ ਕਰ ਯਾਰ ਸਾਡੀ ਤੈਨੂੰ ਮੂੰਹ ਕਹਿੰਦੇ ਸਾਡੀ ਅਗਰ ਤੇਰਾ ਬਗਾਰਤ ਬੰਦੇ ਦਾ ਸਾਡੇ ਚ ਕੋਈ ਕੰਮ ਨਹੀਂ ਅਸੀਂ ਸਿੱਧੀ ਸਾਫ਼ ਕਰ ਯਾਰ ਤੀਆ ਪਰ ਵੀ ਗੱਲ ਉਹ ਕਰਨ ਦੇ ਬਗਾਰਤ ਨਹੀਂ ਆ ਬਈ ਯਾਰ ਮੇਰਾ ਉਸਤਾਦ ਜੀ ਕਦਮ ਤੁਸੀਂ ਜਾਣਦੇ ਹੈਗੇ ਹੋ ਅੱਲਾ ਮਾਫੀ ਦਾ ਉਹਦਾ ਦੋਸਤ ਇੱਕ ਆਇਆ ਉਸਤਾਦ ਜੀ ਉਹਨੇ ਵੇਖ ਲਿਆ ਸਾਥ ਉਹਨੂੰ ਕਿਹਾ ਜ਼ਬਾਨ ਬਾਹਰ ਕੱਢ ਉਹਨੇ ਜ਼ਬਾਨ ਕੱਢੀ ਉਹਨੇ ਵੱਢ ਦਿੱਤੀ ਕਿਉਂ ਕਹਿੰਦਾ ਸ਼ਾਇਦ ਮੇਰੀ ਫੈਮਿਲੀ ਦੀ ਗੱਲ ਕਰਦਾ ਹਲੇ ਕਰਦਾ ਹਜੇ ਕਰਦਾ ਹਲੇ ਦਿਲ ਚ ਸੋਚ ਹਾਂ ਹਾਂ ਇਹਨੂੰ ਕਰਦ ਕਹਿੰਦੇ ਆ ਐਡਵਾਂਸ ਤੂੰ ਤੇ ਮਿੱਠੇ ਮੈਨੂੰ ਕਿੰਨਾ ਆਂਟੇ ਜੀ ਤੇਰੇ ਤੇ ਮੈਂ ਤੇ ਘਰ ਜਾ ਕੇ ਪਟਾਕਾ ਪਵਾਇਆ ਨਾ ਇਹਦੀ ਪੂਰੀ ਫੈਮਿਲੀ ਦਾ ਕੁਪਾ ਮੇਲਾ ਕਰਾਉ ਨਾ ਫਿਰ ਤੇਰਾ ਟੱਬਰ ਪੂਰਾ ਰਾਜ਼ੀ ਹੋ ਜਾਏਗਾ ਇਹ 20 ਮਿੰਟ ਬਾਅਦ ਪਲਾਨਾਂਗਾ ਕਿ ਇਹਦੇ ਕੋ ਬੰਦਾ ਮਰੇ ਅੰਦਰ ਜਾਵੇ ਤੁਸੀਂ ਪਿੱਛੋਂ ਤੁਹਾਡੀਆਂ ਯਾਸ਼ੀਆਂ ਦੇਖਣੀਆਂ ਫਿਰ ਕਿਹੜੀਆਂ ਯਾਸ਼ੀਆਂ ਅੱਜ ਕੇ ਤੇਰੇ ਚਾਚੇ ਮਾਮੇ ਹੁਣ ਕਰਨ ਨੇ ਮੇਰਾ ਘਰ ਕੀ ਬਾਦਰ ਹੋਇਆ ਉਹ 20 ਮਿੰਟ ਮੈਂ ਬੈਲ ਵਜਾਈ ਹੂੰ ਬਾਹਰ ਤੈਨੂੰ ਪਤਾ ਇਸ ਗੱਲ ਦਾ ਉਹ ਬੈਲ ਕਿਸੇ ਲੇਡੀ ਨੇ ਪੂਰਾ ਖੋਲਣਾ ਸੀ ਮੈਂ ਕਰ ਸਕਦਾ ਐਟਮਾ ਕਰਦਾ ਪਿਆ ਮੈਨੂੰ ਕਿੰਨ ਆਂਡੀ ਤੇਰੇ ਕੋਲ ਬੈਠੇ ਮੈਨੂੰ ਛਿਰ ਮਿੱਤੇ ਓਏ ਹੋਏ ਕਿਤੇ ਫੋੜਾ ਪਕੜ ਲਿਆ ਮੇਰੇ ਵੀ ਕਿੰਨ ਆਉਂਦੀ ਤੈਨੂੰ ਦੱਸ ਯਾਰ ਕਿ ਕਿੰਨ ਆਉਂਦੀ ਦੱਸ ਵੀ ਗੱਲ ਤੇਰੀ ਮੇਰੇ ਓਏ ਕੁਛ ਹੋਵੋ ਨਾ ਹੋਵੋ ਲੇਕਿਨ ਕਰਤ ਮਤ ਜ਼ਰੂਰ ਹੋਵੋ ਬਿੱਟੇ ਯਾਰ ਆਇਆ ਯਾਰ ਹਲੋ ਭਾਈ ਆਇਆ ਛੰਡਾ ਖਾ ਲਾ ਮੇਰੇ ਕੋਲ ਤੇਰੀ ਨਹੀਂ ਹੁਣ ਕੀ ਫਾਇਦਾ ਮੈਂ ਖਾ ਲਾ ਇਸ ਬੰਦੇ ਦੇ ਤਾਕ ਲੈ ਜਿੱਥੇ ਅੱਖਾਂ ਅੰਦਰ ਮੇਰੇ ਓਏ ਬੇਵਕੂਫ ਆ ਗਿਆ ਇਹ ਸਾਰੇ ਟੱਬਰ ਤੇ ਤਾਂ ਠੰਡ ਪੈਣੀ ਮੈਂ ਤੈਨੂੰ ਤੇਰੇ ਮੋਟੀ ਮੇਰੀ ਗੱਲ ਸੁਣ ਛੱਡ ਦੇ ਇੱਥੇ ਬੈ ਇੱਧਰ ਮੇਰਾ ਦੇ ਓਏ ਸਵੇਰ ਤੋਂ ਸ਼ਾਮ ਤੱਕ ਬੜੀ ਇੱਜ਼ਤ ਅਸੀਂ ਸਾਰੇ ਕਰਦੇ ਸਰ ਉਹਨੇ ਕਿਸੇ ਨੂੰ ਮੈਸੇਜ ਕੀਤਾ ਇਹ ਜਿੱਦਾਂ ਜਾਨੀ ਨੂੰ ਗੱਲਾਂ ਕੀਤੀਆਂ ਨੇ ਨਾ ਇਹਦੇ ਘਰਦਿਆਂ ਨੂੰ ਜਾਂ ਉਹ ਫਲਾਣੇ ਨੇ ਉਹਨੇ ਆਰਾਮ ਦੇ ਨੇ ਮੈਂ ਜਾਨੀ ਨੂੰ ਚਾਹੀਦਾ 2-3 ਕਰੋੜ ਰੁਪਇਆ ਦੇ ਕੇ ਨਾ ਕਿਸੇ ਨੂੰ ਮਰਵਾ ਦਿੰਦਾ ਉਹਨੂੰ ਮੈਂ ਮੈਸੇਜ ਸੁਣਿਆ ਤੇ ਮੈਂ ਕਿਹਾ ਹੈ ਹਿਸਾਬ ਲਾਓ ਤੁਸੀਂ ਤੇ ਇਹ ਚ ਦੀਆਂ ਗੱਲਾਂ ਚ ਨਾ ਆਪਣਾ ਦਿਮਾਗ ਠੰਡਾ ਰੱਖੀਦਾ ਉਸਤਾਦ ਜੀ ਮਾਜ਼ਰਤ ਨਾਲ ਮੈਂ ਗੱਲ ਦੱਸਾਂ ਗੈਰਤਮੰਦ ਯਾਰ ਸੱਜੇ ਦੋਸਤ ਪਤਾ ਕਿਹੜੇ ਹੁੰਦੇ ਨੇ ਹੁਣ ਮਿੱਠਾ ਅਗਰ ਉਹਨੂੰ ਮਾਰਦਾ ਅਲੱਗ ਰਹੇ ਠੀਕ ਹੈ ਤੇ ਮੇਰੀ ਅਗਰ ਗੈਰਤ ਦਾ ਅੰਦਾਜ਼ਾ ਯਰਾਨੇ ਦਾ ਅੰਦਾਜ਼ਾ ਵੇਖੇਗਾ ਜੇਲ੍ਹ ਚ ਵੇਖੇ ਜੇਲ੍ਹ ਚ ਪ੍ਰੋਟੋਕੋਲ ਤੇਰਾ ਨਾ ਰਵੇ ਮੇਰੇ ਤੂੰ ਪਿੰਡ ਕਰਾ ਦੇ ਮਿੱਠੇ ਜੇਲ੍ਹ ਚ ਕੌਣ ਬਾਜੀ ਉਹਨੇ ਅਗਲਾ ਸਕੈਚ ਬਣਾ ਲਿਆ ਹੈ ਉਹਨੇ ਅਗਲੀ ਸਟੋਰੀ ਤੋਰ ਲਈ ਆ ਇਹ ਤੂੰ ਮਾਫੀ ਦੇ ਤੂੰ ਜੇ ਉਹ ਭਰਾਵਾ ਤੂੰ ਮੇਰਾ ਫੋਨ ਵੀ ਚੁੱਕਣਾ ਦੁੱਗਣਾ ਰਿਕਾਰਡਿੰਗ ਤੇ ਮੈਂ ਟੀ ਟਾਈਮ ਤੇ ਮੈਂ ਐਦਾਂ ਤੂੰ ਮੈਨੂੰ ਭੁੱਲ ਜਾਣਾ ਵਾ ਆ ਮਿੱਠੇ ਮੇਰਾ ਯਰਾਨਾ ਵੇਖਣੇ ਉਹਨੂੰ ਵੱਢ ਜਾ ਤੇ ਤੈਨੂੰ ਨਾ ਪ੍ਰੋਟੋਕੋਲ ਕਰਾਣਾ ਮੇਰੀ ਧੁੰਨ ਵਾ ਦੇਈ ਉਹ ਗੈਰਤ ਤੋਂ ਬੰਦਾ ਮਾਰ ਤੇ ਸਹੀ ਓਏ ਤੇਰਾ 6 ਮਹੀਨੇ ਦੀ ਸਜ਼ਾ ਹੀ ਗੈਰਤ ਤੋਂ ਬੰਦਾ ਮਾਰਨ ਦੀ ਉਹਨੇ ਨਾ ਯਾਰ ਮੈਨੂੰ ਦੁੱਖ ਹੋਇਆ ਜਿਹੜੀ ਮੈਂ ਅੱਧਾ ਘੰਟਾ ਬੈਲ ਵਜਾਈ ਬਾਹਰ ਉਹਦਾ ਕੀ ਕਰੇ ਬੈਲ ਤੇ ਛੁਰੀਆਂ ਮਾਰਦੇ ਜਾ ਕੇ ਦੂਰ ਖਲੋਕਣਾ ਬੈਲ ਤੇ ਛੁਰੀਆਂ ਮਾਰਦੇ ਤੇ ਫਰੀਜ ਦੇ ਮੂੰਹ ਤੇ ਇੰਜ ਇੰਜ ਕਰੀ ਜਾ ਤੇਰੇ ਘਰ ਕਿਤੇ ਨੀਲ ਕੱਢ ਰਿਹਾ ਨੀ ਤੈਨੂੰ ਪਤਾ ਨੀ ਐ ਠਲਾਕੇ ਨਾ ਉੱਪਰ ਭੰਨ ਲਿਆ ਕਰ ਨਾ ਉਹਦਾ ਘੱਟ ਰਿਹਾ ਕਰ ਐ ਨਾ ਕਰਿਆ ਕਰ ਗੰਦੀ ਆ ਨਾ ਤੈਨੂੰ ਆ
ਸਾਨੂੰ ਨੀ ਹੈਗੀ। ਨਹੀਂ ਇਹ ਵੈਸੇ ਮੈਂ ਵੀ ਗਵਾਵਾਂ ਮੈਂ ਕਈ ਵਾਰੀ ਤੈਨੂੰ ਹੱਥ ਮਾਰਿਆ ਕਿ ਲੋਕਾਂ ਨੇ ਵੀ ਬੜੀ ਵਾਰੀ ਕਿਹਾ ਸ਼ਿਵਰਿੰਗ ਹੋਣ ਲੱਗ ਪਿਆ ਕਿਸੇ ਕੰਮ ਲੱਗ ਪਿਆ ਗੱਲ ਸਹੀ ਮੈਂ ਪਤਾ ਨੀ ਇਹਨੇ ਇਹਦੇ ਤੇ ਸਾਹਮਣੇ ਕੀਤੀ ਮੈਂ ਤੇ ਸੁਣੀ ਤੇ ਮੇਰਾ ਖੂਨ ਖੁੱਲਣੇ ਇਹਨੇ ਤੇ ਸਾਹਮਣੇ ਕੋਈ ਯਾਰ ਦੱਸ ਮੇਰਾ ਭਰਾ ਮੇਰਾ ਭਰਾ ਤੁਸੀਂ ਜਾਣਦੇ ਸ਼ਲਾਬ ਅੱਲਾ ਮਾਫੀ ਦੇ ਤੋਂ ਬਾਅਦ ਘਰ ਦੋਸਤਾਂ ਦੀ ਦਾਵਤ ਕੀਤੀ ਬੈਠਕ 'ਚ ਬੈਠੇ ਨੇ ਤੇ ਸਾਲਣ ਬਹੁਤ ਖੂਬਸੂਰਤ ਬਣਿਆ ਤੇ ਉਹਦੇ ਯਾਰ ਨੇ ਕਿਹਾ ਯਾਰ ਸਾਲਣ ਭਰਜਾਈ ਨੇ ਬਹੁਤ ਅੱਛਾ ਬਣਾਇਆ ਬਸ ਇਹਨੇ ਕਹਿਣ ਦੀ ਦੇਰ ਮਿੱਠੇ ਉਹਦੀ ਬਾਂਹ ਲਾਈ ਸੀ ਉਹਨੇ ਇਹਨੂੰ ਕਹਿੰਦੇ ਹੀ ਗੈਰਤ ਗੈਰਤਾਂ ਦੇ ਸੌਦੇ ਨੇ ਭਾਈ ਇਹ ਯਾਰ ਤੁਸੀਂ ਅੱਜ ਹੀ ਆਹ 10 ਮਿੰਟ ਹੋਏ ਸਾਰੇ ਬਾਹੂਬਲੀ ਟੈਪ ਹੋ ਗਏ ਯਾਰ ਬੰਦੇ ਵੱਡੀ ਜਾਣ ਡਏ ਯਾਰ ਮਾਦਰਤ ਕਰ ਲੋ ਗੱਲ ਇਹ ਹੈ ਕਿ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਨੇ ਸ਼ੋਅ ਚ ਨਹੀਂ ਸ਼ੋਅ ਤੋਂ ਬਾਹਰ ਵੀ ਤੁਸੀਂ ਏਦਾਂ ਦੀ ਕੋਈ ਗੱਲ ਨੀ ਕਿਸੇ ਦੀ ਕਰਨੀ ਉਹ ਮਿੱਠਾ ਮੈਨੂੰ ਪਤਾ ਵਾ ਏਡੀ ਛੇਤੀ ਉਹ ਨਹੀਂ ਹੈਪਰ ਹੁੰਦਾ ਤੂੰ ਕੋਈ ਗੱਲ ਕੀਤੀ ਹੈ ਕੋਈ ਗੱਲ ਹਾਂ ਪੂਜਾ ਬੱਟ ਧੀ ਹੋ ਸਕਦੀ ਬਸ ਇਹ ਗੱਲ ਆਈ ਯਾਰ ਮੈਨੂੰ ਕਸਮੇ ਹਾਸਾ ਆਇਆ ਉਸਤਾਦ ਜੀ ਦੀ ਗੱਲ ਤੇ ਕਹਿੰਦੇ ਉਹ ਐਵੇਂ ਹੈਪਰ ਹੋਇਆ ਇਹਨੂੰ ਹੈਪਰ ਹੋਇਆ ਕਹਿੰਦੇ ਰਿਲੈਕਸ ਬੈਠਾ ਦੇਖੋ ਮੇਰੀ ਗੱਲ ਸੁਣੋ ਗੱਲ ਇਹ ਹੈ ਇੱਕ ਬੰਦੇ ਦੀ ਲਿਮਿਟ ਹੁੰਦੀ ਠੀਕ ਹੈ ਜੀ ਮਤਲਬ 4 ਸਾਲ ਹੋ ਗਏ ਸੁਣਦਿਆਂ ਅੱਜ ਉਹ ਨਹੀਂ ਕੋਈ ਬਰਦਾਸ਼ਤ ਹੋਇਆ ਯਾਰ ਉਸਤਾਦ ਜੀ ਕੋਈ ਹਿਸਾਬ ਕਿਤਾਬ ਹੁੰਦਾ ਵਾ ਹਰ ਇੱਕ ਦੇ ਘਰ ਦਾ ਆਪਣਾ ਸਿਸਟਮ ਹੁੰਦਾ ਅਲਹਮਦੁਲਿਲਾਹ ਰੱਬਿਲ ਆਲਮੀਨ ਤੈਨੂੰ ਕੀ ਪਤਾ ਯਾਰ ਮੇਰਾ ਕੀ ਸਿਸਟਮ ਆ ਲੱਗੀ ਲਾਈਫ ਘਰ ਚ ਨਹੀਂ ਮੇਰੀ ਗੱਲ ਸੁਣ ਫਰੀਸਾ ਗੱਲ ਇਹ ਹੈ ਕਿ ਵੈਸੇ ਮਜ਼ਾਕ ਹੋਰ ਗੱਲ ਹੈ ਲੇਕਿਨ ਕਿਸੇ ਨੂੰ ਟਾਊਂਟ ਕਰਨਾ ਕਿ ਤੇਰੇ ਘਰ ਖਾਣ ਨੂੰ ਹੈ ਨਹੀਂ ਤੂੰ ਇਦਾਂ ਤੂੰ ਬੰਦਾ ਪੁੱਛੇ ਕੀ ਆ ਤੂੰ 125 ਰੁਪਏ ਦੀ ਘੜੀ ਪਾਈ ਆ 300 ਰੁਪਏ ਦੀ ਸ਼ਰਟ ਆ ਟਰੋਦਰ ਤੂੰ ਉਹ ਪਾਇਆ ਜਿਹੜਾ ਸ਼ੋਅ ਚ ਕੀ ਵੈਸੇ ਬੰਦਾ ਨੀ ਸਵੇਰ ਨੂੰ ਸੈਰ ਨੀ ਇਹ ਪਾ ਕੇ ਲੋਕੀ ਕਰਦੇ ਲੋ ਤੇ ਤੂੰ ਮਤਲਬ ਉਹ ਥੱਲੇ ਜਰਾਬਾਂ ਦੇ ਬੂਟ ਚ ਪਾ ਕੇ ਤੇ ਤੂੰ ਉਹਨੂੰ ਕਿਸ ਤੇਰੇ ਨਾਲੋਂ ਮਹਿੰਗਾ ਉਹਨੇ ਸਲਵਾਰ ਕਮੀਜ਼ ਪਾਈ ਅਰਬੀ ਮਲਾਈ ਆ ਵੀਰੇ ਅਰਬੀ ਮਲਾਈ ਹੈ ਫੈਬਰਿਕ ਕਿਤੇ ਉੱਚੀ ਰੇਟ ਜਾ ਕੇ ਲਾ ਅਸੀਂ ਫਰੀਦ ਨੇ ਜ਼ਿਆਦਤੀ ਕੀਤੀ ਇਹਨੂੰ ਕਹੋ ਮਾਫੀ ਮੰਗ ਲਵੇ ਯਾਰ ਮੈਂ ਮਾਫੀ ਮੰਗ ਲੈਣਾ ਮੈਨੂੰ ਸਮੋਸਾ ਖਵਾ ਦੇਵੇ ਫਿਰ ਲੈ ਇੱਕ ਤੂੰ ਉਹਨੂੰ ਕਰੇ ਉੱਤੋਂ ਤੈਨੂੰ ਮਾਫੀ ਮੰਗਣਾ ਤੇ ਸਮੋਸਾ ਵੀ ਖਵਾਵੇ 30 ਰੁਪਈਆਂ ਦਾ ਪੰਜਾਬ ਮੈਂ ਕੋਈ ਗਲਤ ਗੱਲ ਕੀਤੀ ਮੈਂ ਇਹ ਕਿਹਾ ਵੀ ਜਰਾਬਾਂ ਜਦੋਂ ਤੂੰ ਲਾਉਣਾ ਪਹਿਲੇ ਤੇ ਗੱਲ ਇਹ ਹੀ ਨਹੀਂ ਵੀ ਤੂੰ ਇਹ ਨਹੀਂ ਮੰਨਣ ਦਿਆ ਵੀ ਮੈਂ ਗੱਲ ਗਲਤ ਕੀਤੀ ਹੈ ਨਹੀਂ ਗਲਤ ਕੋਈ ਨਹੀਂ ਕੀਤੀ ਲੇਕਿਨ ਗੰਦੀਆਂ ਗੱਲਾਂ ਇਹਨੇ ਕੀਤੀਆਂ ਕੀਤਾ ਕੀ ਕਿਹਾ ਕੀ ਹੈ ਉਹਨੂੰ ਕਹਿੰਦਾ ਕਿ ਮੈਨੂੰ ਆਪਣੇ ਫੈਮਿਲੀ ਵਟਸਐਪ ਕਰੋ ਤੇਰੀ ਭਰਿਆ ਬਾਲਕਾ ਯਾਰ ਨਾ ਕਿਸੇ ਨੂੰ ਯਾਰ ਦੋਸਤ ਵੀ ਦੇਈ ਤੇ ਗੈਰਤ ਮਤ ਤੇਰੀ ਯਾਰ ਆਪਣਾ ਚਾਚੇ ਨੂੰ ਦੱਸ ਜਿਹੜਾ ਬੰਦਾ ਵਟਸਐਪ ਨਾ ਜਿਹੜਾ ਕੋਈ ਗੱਲ ਨਹੀਂ ਸੁਣਦਾ ਉਹ ਤੂੰ ਗੱਲਾਂ ਸੁਣੀ ਜਾਂਦਾ ਤੂੰ ਉਸ ਖਾਨਦਾਨ ਚ ਨਹੀਂ ਹੈਗਾ ਉਹ ਚੱਲ ਉਹ ਨਾਮ ਭਾ ਮੇਰੇ ਬਦਲ ਕਿਹਾ ਵਾ ਮੇਰੇ ਬਦਲ ਲੱਗਿਆ ਤੇਰਾ ਭਰਾ ਨਹੀਂ ਤੇਰੀ ਫੈਮਿਲੀ ਦੇ ਗੱਲਾਂ ਦਿੱਤੀਆਂ ਤੇ ਪੈ ਜਾ ਟੁੱਟ ਕੇ ਮਾਰ ਤੋ ਕੇ ਪਤਾ ਪਾਸ ਪਾਸ ਕਰਦੇ ਤੂੰ ਨਹੀਂ ਕੀਤਾ ਤੇ ਮੈਂ ਕਿਉਂ ਪਵਾਂ ਉਹ ਬੈਲ ਤੇ ਦੁੱਖ ਨੂੰ ਬੰਦਾ ਮਾਰਨ ਨੂੰ ਫਿਰਨਿਆ ਆ ਮੇਰੀ ਗੈਰਤ ਤੂੰ ਸਮਝੇ ਕੁਛ ਨਹੀਂ ਆ ਚਾਚੇ ਭਾਵੇਂ ਤੇ ਗੱਲ ਵੀ ਨਹੀਂ ਹੋਣੀ ਬੰਦਾ ਮਾਰੀ ਜਾਂਦੇ ਇੱਥੇ ਦੇਖ ਤੇ ਪੂਰਾ ਕਿਤਾਬ ਦਾ ਛਪ ਗਿਆ ਤੂੰ ਲੈ ਆ ਲੈ ਬਾਹਰ ਪਾਣੀ ਪਲਾ ਸੁਦਾ ਆ ਪਾਣੀ ਪਲਾ ਪਾਣੀ ਪਲਾ ਇਹ ਗੱਲ ਆ ਨਹੀਂ ਨਹੀਂ ਪਾਣੀ ਨਾਲ ਲਿਆਈ ਉਹ ਰੋਜ਼ਾ ਉਹਦਾ ਲੇਕਿਨ ਉਸਤਾਦ ਜੀ ਯਾਰ ਸੱਜਣ ਗੈਰਤਬੰਦ ਹੋਣੇ ਚਾਹੀਦੇ ਨੇ ਤਈ ਕਹਦੇ ਨੇ ਓਏ ਹੁਣ ਜੋ ਹਿਸਾਬ ਤਾਂ ਹੈਗਾ ਪੁੱਤ ਤੇ ਉਹਨਾਂ ਕਿਹਨਾਂ ਚਿੱਪ ਲੋ ਆਲਮਾ ਗੈਰਤੀ ਵਾਲੀ ਜੋ ਹਿਸਾਬ ਤਾਂ ਉਹ ਹੀ ਕੁਛ ਰਹਿਣਾ ਨਹੀਂ ਯਾਰ ਮੈਂ ਤੇਰਾ ਸਬਰ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ ਤੇਰੀ ਰੁਟੀਨ ਦੇਖ ਕੇ ਮੇਰਾ ਦਿਲ ਖੁਸ਼ ਹੋਣ ਡਿਆ ਤੇਰੀ ਤਰਤੀਬ ਦੇਖ ਕੇ ਤੂੰ ਕਦੀ ਚਵਲ ਕਦੀ ਬਗੈਰਤ ਕਦੀ ਨਹੀਂ ਯਾਰ ਗੱਲ ਗੱਲ ਨਹੀਂ ਕੀਤੀ ਦਾਨੇ ਸਾਹਿਬ ਗੱਲ ਗੱਲ ਸਬਰ ਆਣਾ ਜੀ ਤੂੰ ਬੇੜਾ ਕਰ ਕੀ ਕਰਨ ਰਿਹਾ ਤੂੰ ਤੇ ਤੂੰ ਐ ਤੁਸੀਂ ਦੋਵੇਂ ਬੰਦਾ ਮਰਵਾ ਦੇਣਾ ਕੋਈ ਨਾ ਕੋਈ ਮੈਨੂੰ ਮੈਂ ਕੋਈ ਐਡੀ ਗੱਲ ਨਹੀਂ ਕੀਤੀ ਆ ਵੇਖੋ ਜੁੱਤੀ ਦੋਜੀਆਂ ਵਾਲੀ ਪਾ ਕੇ ਆ ਗਿਆ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਇਹਨੂੰ ਘਰ ਦਾ ਮੇਰਾ ਇਹਨੂੰ ਜੁੱਤੀ ਕੋਈ ਚੱਜ ਦੀ ਪਵਾ ਦੇ
ਤੈਨੂੰ ਪਤਾ ਤੇਰੀ ਬੇਗਮ ਨੇ ਕਿਤੇ ਲੋਗੋ ਦੇ ਸ਼ੂਜ਼ ਪਾ ਕੇ ਭੇਜੇ ਹੈ ਵੀ ਤੈਨੂੰ ਕਿਤੇ ਸ਼ੇ ਵਕਤ ਬੂਟ ਨੇ ਗਿਫਟ ਕੀਤਾ ਕਿ ਪਾ ਕੇ ਜਾਇਆ ਕਰੋ ਸ਼ੂਆਂ 'ਚ ਆਇਆ ਕਰੋ ਯਾਰ ਉਹ ਤੇਰੀ ਕਿਸੇ ਨੇ ਪੈਂਟ ਸਫੇਦ ਨਹੀਂ ਭਰਾਵਾ ਬਾਕੀ ਉਸਤਾਦ ਜੀ ਮੈਂ ਛੋਟੀ ਜਿਹੀ ਗੱਲ ਇੱਕ ਤੁਹਾਡੀ ਜ਼ਰੂਰਤ ਨਾਲ ਕਰਾਂਗਾ ਸਬਰ ਵੱਲੋਂ ਮਿੱਠੇ ਨੇ ਅੱਜ ਆਪਣਾ ਦੇ ਦਿੱਤਾ ਲੇਕਿਨ ਫਰੀਦ ਨੇ ਵੀ ਨਤਾਰਾ ਕਰਤਾ ਵਾ ਕਿ ਕਿੰਨੀ ਕੁ ਗੈਰਤ ਆ ਇਹਨੂੰ ਕਿੰਨਾ ਕੁ ਇਹਦੇ 'ਚ ਗੁੱਸਾ ਵਾ ਮੇਰੇ ਮੂੰਹ 'ਚ ਕਿਤੇ ਥਰਮਾਮੀਟਰ ਦੇ ਕੇ ਦੇਖਿਆ ਵੀ ਗੈਰਤ ਉੱਪਰ ਤੱਕ ਆਉਣ ਡਈ ਹੈ ਥੱਲੇ ਤੱਕ ਜਾਣ ਡਈ ਉਹਦਾ ਮੂੰਹ ਭੰਨ ਜਦੋਂ ਗੱਲਾਂ ਕਰਨ ਦੇ ਤੇਰੇ ਗੈਰਤ ਨਾਲ ਲਾਲੀਆਂ ਆ ਗਈਆਂ ਤੇਰਾ ਤਾਂ ਗੈਰਤ ਨਾਲ ਤਲਕ ਹੀ ਕੋਈ ਨੀ ਤੂੰ ਤਾਂ ਲੱਗਦਾ ਉਸ ਮੂੰਹ ਲੱਗਦਾ ਜਿੱਥੇ ਆਮ ਹਰਸ਼ਾ ਪਈ ਆ ਲੇਕਿਨ ਮੇਰੇ ਖਿਲਾਫ਼ ਕੋਈ ਕਰੇ ਗੱਲ ਵਿੱਚੋਂ ਲੰਘ ਜਾਏਗਾ ਕਰੇ ਹਵਾਈ 'ਚ ਇਹਨੂੰ ਕੌਣ ਗੱਲਾਂ ਕਰਦਾ ਦੱਸ ਮੈਨੂੰ ਤੈਨੂੰ ਕਿਹੜਾ ਗੱਲ ਕਰੇ ਤੂੰ ਸੁਣ ਕੇ ਹੁਣ ਸਫਾਈਆਂ ਨੇ ਚੁਣ ਚੁਣ ਕੇ ਛਪਾਈਆਂ ਬੁੱਢੀ ਦੀ ਤਸਵੀਰ ਦੇ ਮੁਤਲਕ ਕੋਈ ਗੱਲ ਕਰੇ ਮੈਂ ਖਾਨਦਾਨ ਤਬਾਹ ਉਸਤਾਦ ਜੀ ਬੜੇ ਨਾਜ਼ਾ ਨਾ ਪਾਲੀ ਬੜੇ ਪਿਆਰ ਨਾ ਪਾਲੀ ਸਹੁਰੇ ਨੂੰ ਕਹਿ ਰਿਹਾ ਕਿ ਉਹਨੇ ਆਪਣੀ ਧੀ ਦਾ ਹੱਥ ਕਿਹਦੇ ਹੱਥ ਫੜਾ ਕਿਹਦੇ ਹੱਥ ਫੜਾ ਤਾ ਦਰਵਾਜ਼ਾ ਖੜਕਾਇਆ ਆ ਕੇ ਕਿਹਾ ਕਹਿੰਦਾ ਬੇਟਾ ਮਾਮਾ ਨੂੰ ਕਹੀਂ ਬਰਫ਼ ਦਾ ਕੋਲਾ ਦੇ ਮਾਮਾ ਨੂੰ ਕਹੀਂ ਬਰਫ਼ ਦਾ ਕੋਲਾ ਦੇ ਮਾਮਾ ਸਿਰਫ ਸਿਰਫ ਇੰਨਾ ਹੀ ਮਿੱਠੇ ਕਿਹਾ ਵਾ ਮਾਤਾ ਨੇ ਇਹ ਤਾਂ ਬੜਾ ਵੱਡਾ ਵਾਕਿਆ ਵਾ ਇੱਕ ਕਹਿੰਦਾ ਹਲੇ ਭਤੀਜਾ 3 ਮਹੀਨੇ ਦਾ ਹੀ ਆ ਉਹ ਐਂ ਨਹੀਂ ਸਹੀ ਕਰਦਾ ਉਹਨੇ ਬੰਦਾ ਮਾਰਿਆ ਹੋਇਆ ਵਾ ਸਹੀ ਹੈ ਨਾ ਤੁਸੀਂ ਸਾਰੀ ਫੈਮਿਲੀ ਕਾਤਲ ਹੋ ਉਹ ਕਾਤਲ ਤੇ ਅੱਧਾ ਘੰਟਾ ਬੈਲ ਵਜਾਈ ਹੂੰ ਮੈਂ ਓ ਯਾਰ ਮੈਂ ਮੇਰੇ ਕੋ ਬੈਲ ਮਰਵਾ ਲਾ ਇਧਰ ਮੈਂ ਬੈਲ ਮਾਰ ਦਵਾਂ ਬੈਲ ਨੂੰ ਪਰਦਾ ਦੇ ਦਵਾਂ ਉਹ ਜਿੰਨੇ ਗੈਰਤ ਤੋਂ ਬੰਦਾ ਨਹੀਂ ਮਾਰਿਆ ਉਹ ਬੈਲ ਤੋਂ ਮਾਰੂਗਾ ਉਹ ਗੱਲ ਵੱਡੀ ਹੋ ਕੇ ਇਹ ਵੱਡੀ ਹੋ ਸਾਰੀ ਦਿਹਾੜੀ ਇੱਥੇ ਪਿਆ ਹੁੰਦਾ ਕਹਿੰਦਾ ਜੀ ਮੇਰੇ ਸਿਰ 'ਚ ਦਰਦ ਹੁੰਦੀ ਸੀ ਉਹਨੂੰ ਕਿਹਾ ਸਿਰ 'ਚ ਸੇ ਯਾਰ ਉਹ ਇੰਨਾ ਨਹੀਂ ਕਰ ਸਕਦੀ ਫਿਰ ਕਹਿੰਦਾ ਮੈਂ ਗੈਰਤ ਤੇ ਘਰ ਦੇ ਗੱਲਾਂ ਕੀਤੀਆਂ ਤੈਨੂੰ ਜਿਹੜਾ ਤੇਰੀ ਘਰ ਦੇ ਨੇ ਬਾਕਸਰ ਰੱਖ ਕੇ ਦਿੱਤੇ ਮੈਨੂੰ ਸਾਰਾ ਪਤਾ ਵੀ ਇਹ ਘੁੱਟੇ ਮੇਰੇ ਖਾਮ ਤੋਂ ਇਹ ਪਿੰਨੀ ਵਾਲਾ ਵਾ ਇਹ ਸਿਰ ਵਾਲਾ ਵਾ ਇਹ ਸੀਨੇ ਨੂੰ ਘੁੱਟਣਾ ਵਾ ਮੈਨੂੰ ਸਾਰਾ ਪਤਾ ਵੀ ਜਿਹੜਾ ਤੂੰ ਉੱਥੇ ਗਾਣਾ ਨਾ ਦੇਣਾ ਅੱਛਾ ਬਾਕਸਰ ਘੁੱਟਣ ਵਾਲੇ ਨਹੀਂ ਹੁੰਦੇ ਵੀ ਆਹੋ ਵੀ ਯਾਰ ਕਿਤੇ ਹੱਥ ਪੱਲਾ ਹੀ ਮਾਰ ਉਹਨਾਂ ਦੇ ਵੀ ਤੂੰ ਜਿਹੜਾ 6 ਸ਼ੀਸ਼ੀਆਂ ਬੈਗ 'ਚ ਪਾਈਆਂ ਵਾ ਵੀ ਮਾਲ 'ਚ ਤੇਰਾ ਘਰ ਲੱਗਾ ਵਾ ਤੁਹਾਨੂੰ ਸਾਰਾ ਹੀ ਪਤਾ ਵਾ ਹੈ ਪੂਰੀਆਂ ਕਰਨੀਆਂ ਵਾ ਸਾਨੂੰ ਹੀ ਕਹਿਣਾ ਵਾ ਹਮਸਾਇ ਨੇ ਨੀ ਫੜਾ ਕੇ ਆਉਣੀਆਂ ਉਹ ਹਾਂ ਸਾਡੇ ਤੇ ਬੈਠੀ ਆ ਉਹ ਵਿਚਾਰੀ ਕੱਲੀ ਸੁਣਨ ਤੋਂ ਪਹਿਲੇ ਮੈਂ ਮਰ ਕੇ ਉਹਨੀ ਗਿਆ ਤੇ ਜਦੋਂ ਇਹਨੇ ਉਹ ਗੱਲ ਕਹੀ ਸੀ ਫਿਰ ਉਦੋਂ ਤੂੰ ਇਹਦੇ ਗੱਲ ਕਿਉਂ ਨੀ ਪਿਆ ਕਿਹੜੀ ਕਿਹੜੀ ਉਹ ਹੁਣ ਉਹ ਛੱਡ ਤੇ ਤੂੰ ਤੂੰ ਰਹਿਣ ਦੇ ਯਾਰ ਇਹਨਾਂ ਚੰਗਾ ਮੈਂ ਰਿਕਾਰਡਿੰਗ ਲਾ ਲੈਂਦਾ ਨਾ ਉਹ ਰਿਕਾਰਡਿੰਗ ਸੁਣਦਾ ਰਹਿੰਦਾ ਮੈਨੂੰ ਇੰਨੀ ਗੈਰਤ ਨਹੀਂ ਸੀ ਆਉਣੀ ਜਿੱਦਾਂ ਤੂੰ ਫਰੀਦ ਸਾਹਿਬ ਇਹ ਗੈਰਤ ਵਾਲੀ ਗੱਲ ਆ ਕਿ ਉਹਦੀ ਬੁੱਢੀ ਮਿੰਟ ਮਿੰਟ ਤੇ ਫੋਨ ਕਰਦੀ ਵੀ ਭਾਈ ਆ ਤੇ ਆ ਤੇ ਆ ਤੇ ਆ ਤੂੰ ਕਦੀ ਇਹ ਸੋਚਿਆ ਵੀ ਤੈਨੂੰ ਫੋਨ ਵੀ ਨਹੀਂ ਕਰਦੀ ਚੀਜ਼ਾਂ ਵੀ ਘਰ ਪੂਰੀਆਂ ਹੁੰਦੀਆਂ ਇਹ ਗੱਲ ਸੋਚਣ ਵਾਲੀ ਹਾਂ ਲਓ ਜੀ ਦੇਖਣਾ ਹੁਣ ਤੁਸੀਂ ਗੱਲ ਕੀਤੀ ਹੈ ਸਿਰਫ ਵੇਖੋ ਜੇ ਤੁਸੀਂ ਗੱਲ ਸਿਰਫ ਕੀਤੀ ਤੁਸੀਂ ਵੇਖਣਾ ਉਹਦੀ ਗੈਰਤ ਦਾ ਅੰਦਾਜ਼ਾ ਲਾਲੀਆਂ ਚੈੱਕ ਕਰੋ ਅੱਖਾਂ 'ਚ ਆ ਵੇਖੋ ਦਾ ਨਹੀਂ 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 ਗੱਲ ਸੁਣ ਲਓ ਮੇਰੀ ਗੱਲ ਐਵੇਂ ਪਤਾ ਕਿ ਬੈਠੇ ਆ 2 ਮਿੰਟ ਬੈਠੇ ਆ ਜਿਹੜੀਆਂ ਤੂੰ ਗੱਲਾਂ ਕਰਨ ਡਿਆ ਉਸ ਹਿਸਾਬ ਨਾਲ ਤੇ ਵਾਕਈ ਉਹਨੇ ਮੈਨੂੰ ਮਾਰ ਦੇਣਾ ਚਾਹੀਦਾ ਹਾਂਜੀ ਮੇਰੀ ਗੱਲ ਸੁਣ ਹਾਂਜੀ ਲਾ ਲਿਆ ਗੈਰਤ ਦਾ ਸਾਹਿਬ ਗੱਲ ਹੈ ਪੁਆਇੰਟ ਮੇਰੇ ਕੋਲ 10 ਪੁਆਇੰਟ ਪਿੱਛੇ ਆ ਨਹੀਂ ਅੱਜ ਤੋਂ ਬਾਅਦ ਪੁਆਇੰਟ ਭਾਵੇਂ ਸ਼ੋਅ ਹੋਵੇ ਤੇ ਭਾਵੇਂ ਸ਼ੋਅ ਨਾ ਹੋਵੇ ਤੁਸੀਂ ਮਜ਼ਾਕ 'ਚ ਵੀ ਇੱਜ਼ਤ ਦੇ ਦਾਇਰੇ 'ਚ ਵੀ ਇੱਜ਼ਤ ਅਫਜ਼ਾਈ ਕਰਨ ਵਾਸਤੇ ਵੀ ਤੁਸੀਂ
ਕਿਸੇ ਦੀ ਘਰ ਬੁੱਢੀ ਦਾ ਜਾਂ ਕਿਸੇ ਦਾ ਜ਼ਿਕਰ ਨਹੀਂ ਕਰਨਾ। ਅਸੀਂ ਨਹੀਂ ਕਰਦੇ ਲੇਕਿਨ ਠੀਕ ਹੈ ਉਸਤਾਦ ਜੀ, ਜਿਹੜਾ ਹੋ ਗਿਆ ਉਹਦਾ ਕੀ ਕਰਨਾ ਹੈ? ਤੇਰੇ ਖਾਨਦਾਨ 'ਚ ਕੋਈ ਮਾਠਾ ਕੋਈ ਨਹਿਸ਼ ਜਿਹਾ ਬੰਦਾ ਹੈ ਕੋਈ ਜਿਹਦੀ ਨਹੀਂ ਲੋੜ ਮੇਰੇ ਕਮਰੋਂ ਵਾਲਾ ਮੇਰਾ ਇੱਥੇ ਭਾਰ ਲੈ ਜਾਵੇ? ਹੈਂ, ਮੈਂ ਗੈਰਤ ਬੰਦਾ ਜ਼ਾਹਰ ਹੋ ਜਾਵਾਂ? ਖਾਨਦਾਨ 'ਚ ਨਹੀਂ ਵੈਸੇ ਕੋਈ ਮਾਠਾ ਜਿਹਾ ਕਹਿੰਦਾ ਤਿਆ ਦੇ ਦਿੰਦਾ ਤੈਨੂੰ, ਮਾਰਨਾ ਹੀ ਆ ਤੂੰ ਉਹਦੇ ਅੱਗੇ ਮਰਿਆ ਪਿਆ ਵਿਚਾਰਾ ਉਹਨੂੰ ਕੀ? ਮੈਂ ਉਸਤਾਦ ਜੀ ਅਸੀਂ ਕਿਸੇ ਦੇ ਨਾਲ ਲੁਗਾਈ ਭਜਾਈ ਕਰੀ ਦੀ ਨਾ ਸਾਨੂੰ ਇੱਦਾਂ। ਨਹੀਂ ਨਹੀਂ, ਮੈਂ ਪਿਛਲਾ ਤਾਂ ਕਿ ਪੌਣੇ ਘੰਟੇ ਤੋਂ ਵੇਖਣ ਦਿਆ, ਤੂੰ ਤੇ ਵਿੱਚ ਗੱਲ ਹੀ ਨਹੀਂ ਕਰਨ ਦਿਆ। ਅਮਨ ਦੀ ਆਸ਼ਾ ਲੈ ਕੇ ਇੱਥੇ ਬੈਠੇ ਆ ਇਹਨੇ ਜਿਹੜੀਆਂ, ਲੇਕਿਨ ਗੱਲਾਂ ਕੀਤੀਆਂ ਨਾ ਉਸਤਾਦ ਜੀ ਸਿਰ ਕਲਮ ਕਰਾਉਣ ਵਾਲੀਆਂ, ਸਾਨੂੰ ਮਜ਼ਾ ਆ ਰਿਹਾ ਸੀ, ਇਹਨੂੰ ਗੁੱਸਾ ਨਹੀਂ ਸੀ ਆ ਰਿਹਾ। ਉਹ ਯਾਰ ਇਹ ਮੈਨੂੰ ਸਮਝਦਾ ਕੀ ਹੈ ਯਾਰ, ਇਹਨੇ ਮੇਰਾ ਡੇਰਾ ਜਿਹਾ ਪਵਾਤਾ ਹੀ, ਇਹ ਮੈਨੂੰ ਹੋਰ ਪਾਸੇ ਲਈ ਜਾਣ ਡਿਆ ਵਾ। ਅੱਛਾ ਚਲੋ ਯਾਰ, ਵਾਅਦਾ ਕਰੋ ਅੱਜ ਤੋਂ ਬਾਹਰ ਭੈਣ, ਬਾਹਰ ਵੀ ਤੇ ਸ਼ੋਅ 'ਚ ਵੀ, ਜੋ ਮਰਜ਼ੀ ਮਜ਼ਾਕ ਕਰਨਾ ਕਿਸੇ ਦੀ ਤਾਰੀਫ ਕਰਨ ਵਾਸਤੇ ਵੀ ਭੈਣ, ਤੁਸੀਂ ਜ਼ਿਕਰ ਨਹੀਂ ਕਰਨਾ ਘਰ ਦੀ ਕਿਸੇ ਖਾਤੂਨ ਦਾ, ਮਜ਼ਾਕ 'ਚ ਵੀ ਕਿਸੇ 'ਚ ਵੀ, ਨਾ ਮੈਂ ਕਰਾਂਗਾ ਨਾ ਤੁਸੀਂ ਕਰਨਾ। ਮਾਦਰਤ ਨਾਲ ਸਿਰੋਂ ਪਾਣੀ ਮੰਗਿਆ ਹੋਇਆ। ਨਹੀਂ ਨਹੀਂ, ਤੁਹਾਡੀ ਗੱਲ ਠੀਕ ਹੈ ਸਰ, ਨਹੀਂ ਕਰਨਾ ਲਈ। ਬਸ ਭੈਣ ਇਹ ਤੁਸੀਂ ਅੱਜ ਤੋਂ ਬਾਅਦ ਹਿਸਾਬ ਲਾ ਲੈਣਾ। ਇਸ ਭਾਜੀ ਨੂੰ ਕਹਿ ਦੇ ਜਿਹੜਾ ਖਾਨਦਾਨ ਨੂੰ ਥੋੜ੍ਹਾ ਸਮਝਾ ਦਿਓ, ਬਲਕਿ ਤੁਸੀਂ ਆਪ ਜਾਓ ਉਹਦੇ ਖਾਨਦਾਨ ਨੂੰ ਗੱਲ ਕਰਦੇ, ਉਹਦਾ ਬੰਦਾ ਮੈਂ ਭਾਜੀ ਆ ਜਿਹੜਾ ਐਡੀਟਰ ਆ ਨਾ ਸਾਡਾ, ਉਹ ਵੀ ਸੁਣ ਰਿਹਾ ਜਦੋਂ ਐਡਿਟ ਕਰ ਰਿਹਾ, ਉਹਨੂੰ ਵੀ ਕਹਿ ਰਿਹਾ ਭੈਣ ਅੱਜ ਤੋਂ ਬਾਅਦ, ਭਾਵੇਂ ਵੈਸੇ ਵੀ ਅਸੀਂ ਕਿਹਾ ਹੋਵੇ ਨਾ ਕਿ ਯਾਰ ਇਹਦੀ ਬੁੱਢੀ ਮੇਰੀ ਵੀ ਭੈਣ ਲੱਗਦੀ, ਇਹ ਵੀ ਕੱਟ ਦੇਣਾ। ਯਾਨੀ ਜ਼ਿਕਰ ਕਿਸੇ ਤਰੀਕੇ ਨਾਲ ਹੋਵੇ, ਤੁਸੀਂ ਉਹਦਾ ਜ਼ਿਕਰ ਨਹੀਂ ਵਿੱਚ ਲਾਉਣਾ ਐਡੀਟਰ ਨੂੰ, ਮੈਂ ਦੱਸ। ਸਹੀ ਬਾਤ, ਬਿਲਕੁਲ ਨਹੀਂ ਕਰਨਾ, ਛੱਡ ਦਿਓ ਇਸ ਗੱਲ, ਕਿਉਂਕਿ ਉਸਤਾਦ ਜੀ ਕੱਲ ਨੂੰ ਜੋ ਬੰਦੇ ਦੀ ਗੈਰਤ ਯਾਰ, ਕੱਲ ਨੂੰ ਨਹੀਂ ਦੇਖੋ, ਅਸੀਂ ਆਪ ਵੀ, ਮੈਂ ਵੀ ਵਿੱਚ ਆਈਆਂ ਸਾਰੀਆਂ ਯਾਰ, ਤੁਹਾਡੇ ਆਖਰ ਸਸੁਰਾਲ ਨੇ, ਜੈਨੂਅਨ ਸਸੁਰਾਲ ਨੇ, ਉਹ ਵੇਖ ਰਹੇ ਹੋਣ ਤੇ ਅਸੀਂ ਭਾਵੇਂ ਮਜ਼ਾਕ 'ਚ ਗੱਲ ਕਰ ਰਹੀ ਹੋਈਏ ਯਾਰ, ਲੇਕਿਨ ਉਹਨਾਂ ਦੀ ਤੇ ਉਹ ਧੀ ਹੈ ਨਾ। ਬਿਲਕੁਲ, ਤੂੰ ਸਾਡਾ ਯਾਰ ਆ, ਤੇਰੀ ਬੁੱਢੀ ਆ, ਸਾਡੀ ਉਹ ਭੈਣ ਆ, ਸਾਡੀ ਭਰਜਾਈ ਆ, ਲੇਕਿਨ ਉਹਦਾ ਕੋਈ ਭਰਾ ਦੇਖਦੇ ਯਾਰ, ਇਹ ਮਾੜੀ ਗੱਲ ਹੈ, ਜੈਨੂਅਨ ਗੱਲ, ਦੇਰ ਆਏ ਦਰੁਸਤ ਆਏ ਭਾਈ। ਚਲੋ ਹੁਣ ਹੀ ਸਮਝ ਆ ਗਈ ਸਾਨੂੰ, ਬਾਕੀਆਂ ਨੂੰ ਵੀ ਸਾਰਿਆਂ ਨੂੰ। ਮੈਂ ਭੈਣ ਕਰਕੇ ਗੱਲਾਂ ਕੀਤੀਆਂ, ਮੈਂ ਕੋਈ ਉਹ ਨਹੀਂ ਗੱਲ ਕੀਤੀ। ਨਹੀਂ ਨਹੀਂ, ਮੈਂ ਫੈਸਲ ਸਾਹਿਬ ਇੱਕ ਵੀ ਗੱਲ ਨਹੀਂ ਕੀਤੀ, ਮੈਂ ਸਿਰਫ ਆਹ ਜਿਹੜੀ ਗੱਲ ਬਤਾਉਣ ਡਿਆ, ਮੈਂ ਉਹਦੀ ਕਲੀਅਰੈਂਸ ਦੇ ਰਿਹਾ। ਗੱਲ ਤਾਂ ਮੈਂ ਭੈਣ ਤਰ੍ਹਾਂ ਕੀਤੀ ਵੀ ਉਹ ਭੈਣ ਨੂੰ ਚਾਹੀਦਾ ਇਹਦੀ ਖਿਆਲ ਕਰੇ ਯਾਰ, ਕਮ ਅਜ਼ ਕਮ ਰੋਟੀ ਘਰੋਂ ਲਿਆਵੇ, ਸੋਹਣਾ ਸਾਨੂੰ ਵੀ ਪਤਾ ਲੱਗੇ ਤੇਰਾ ਖਿਆਲ ਕੀਤਾ। ਯਾਰ ਇਹ ਕਿਹੜੀ ਭੈਣਾਂ ਵਾਲੀ ਗੱਲ ਹੈ ਕਿ ਉਹਨੂੰ ਕਲਰ ਕਿਹੜਾ ਪਸੰਦ ਆ, ਵੀ ਤੈਨੂੰ ਕੀ ਤਕਲੀਫ ਆ? ਇਹ ਮੈਂ ਗੱਲ ਕੀਤੀ, ਤੂੰ ਕਿਹਾ ਨਹੀਂ ਮੈਂ ਸੂਟ ਦੇਣ ਆਈ ਯਾਰ। ਆ ਯਾਰ ਮਿੱਠੇ, ਪਤਾ ਕੀ ਗੱਲ ਆ, ਨਹੀਂ ਨਹੀਂ ਉਹ ਜਿੱਦਾਂ ਕਹਿਣ ਡਿਆ ਵਾ ਬੰਦਾ ਮਰ ਗਿਆ, ਤੂੰ ਉਹਨੂੰ ਮਾਰਨਾ ਮਿੱਠੇ ਨੂੰ ਕਾਹਤੋਂ ਮਾਰਨਾ, ਉਹ ਇਲਜ਼ਾਮ ਉਹ ਉਸਤਾਦ ਜੀ ਉਹ ਕਹਿਣ ਡਿਆ ਵਾ ਵੀ ਮੈਂ ਕਿਹਾ ਵਾ ਮਿੱਠੇ ਨੇ ਕਿਹਾ ਦਾ ਯਾਰ, ਤੁਸੀਂ ਤਾਂ ਸਾਨੂੰ ਜਾਇ ਦਿਓ, ਭੈਣਾ ਵੀ ਨਾਲ ਹੀ ਲਿਆਇਆ ਕਰੀਏ, ਬੁੱਢੀਆਂ ਵੀ ਇੱਥੇ, ਸਹੀ ਨਹੀਂ? ਓਏ ਅੱਲਾ ਰਾਮ, ਮੈਂ ਤਾਂ ਟੀਟਮ ਕਰ ਦਾਂ, ਅਸੀਂ ਲੈ ਟੀਟਮ ਕਰ ਲਾ ਮਾ ਤੋਵਾ ਤੋ ਯਾਰ, ਨਾ ਇਹ ਬਗੈਰ ਆ ਵਿਚਾਰ ਚਾ ਉੱਪਰ ਹੋ ਜਾਏਗੀ ਯਾਰ, ਇਹ ਕਿੱਦਾਂ ਦੀ ਹੈ ਕੀਤੀ, ਮੈਂ ਇਹਨੂੰ ਹੀ ਗਲਤ ਕਹਾਂਗਾ, ਇਹਨੇ ਗਲਤ ਗੱਲ ਕੀਤੀ ਭਾਈ। ਯਾਰ ਛੱਡ ਦਿਓ ਤੁਸੀਂ ਆਪਣਾ, ਉਹ ਮੈਨੂੰ ਨਾਦਰੀਨ, ਮੈਂ ਤੁਹਾਨੂੰ ਕੀ ਦੱਸਾਂ ਯਾਰ, ਉਹ ਮੈਨੂੰ ਮੇਰੇ ਮੌਲਾ ਵੀਡੀਓ ਵਹਾਤੀ ਰਾਤੀ ਕਿਸੇ ਨੇ, ਉਹ ਜਿਹੜੀ ਡੋਰ ਫਿੜੀ ਮੁੰਡੇ ਦੇ, ਉਸਤਾਦ ਜੀ ਮੇਰੇ ਇੰਜ ਇੱਥੋਂ ਨਾ ਕੋਈ ਚੀਜ਼ ਇੰਜ ਜਾ ਕੇ ਨਾ ਜਾਨ ਜੀ ਨਿਕਲੀ ਉਹ ਵੀਡੀਓ ਵੇਖ ਕੇ, ਉਹ ਮੇਰੇ ਮੌਲਾ। ਅੱਛਾ ਚਲੋ ਉਹ ਗਿਆ ਜਵਾਨ ਪੁੱਤਰ ਯਾਰ, ਏਡਾ ਸੋਹਣਾ ਮੁੰਡਾ ਯਾਰ, ਮੈਂ ਕਹਾਂ ਇੱਕ ਮਿਸਾਲ ਆ ਕੇ ਯਾਰ, ਮੈਂ ਯਾਰ ਮੈਂ ਇੱਥੋਂ ਹੋ ਕੇ ਆਇਆ ਯਾਰ, ਸਾਰੀ ਮੇਰੀ ਜ਼ਿੰਦਗੀ ਸੈਟਅਪ, ਮਾਂ ਪਿਓ, ਭੈਣ ਭਰਾ, ਰਿਸ਼ਤੇ, ਅਤੇ ਮੈਂ ਕਹਾਂ ਯਾਰ ਮੈਂ ਚੌਂਕ ਤੋਂ ਗਿਆ, ਅਤੇ ਇੰਜ ਮੈਂ ਬਾਹਰ ਨਿਕਲਾਂ ਅਤੇ 2 ਮਿੰਟ ਬਾਅਦ ਪਤਾ ਲੱਗੇ ਜੀ ਉੱਥੇ ਫਾਰਗ ਹੋਏ ਪਿਆ। ਔਰ ਕਿਸ ਵਜ੍ਹਾ ਤੋਂ? ਇੱਕ ਡੋਰ ਫਿਰਨ ਦੀ ਵਜ੍ਹਾ। ਪਹਿਲੀ ਤਾਂ ਗੱਲ ਇਹ ਹੈ ਕਿ ਜ਼ਿੰਦਗੀ ਮਤਲਬ ਕਿੰਨੀ ਕੁ ਸਾਡੀ ਇੱਥੇ ਹੈਗੀ ਆ ਗੈਰ ਮਹਿਫੂਜ਼, ਠੀਕ ਹੈ। ਦੂਜੀ ਗੱਲ ਇਹ ਹੈ ਕਿ ਕੌਣ ਕਿਹਨੂੰ ਲੱਭੀਏ, ਕਿਹਨੂੰ ਫੜੀਏ, ਉਹਦਾ ਕਾਤਲ ਕੌਣ? ਹੁਣ ਜਾਂ ਤਾਂ ਫਿਰ ਉਹਦੇ ਹਰ ਉਹ ਬੰਦਾ ਕਾਤਲ ਆ ਜਿੱਦਣ, ਬਲਕਿ ਜਿੱਦਣ ਕੀ, ਚਲੋ ਇੱਕ ਇਗਜ਼ੈਂਪਲ ਵਾਸਤੇ ਕਹਿ ਲੈਂਦੇ ਹਾਂ ਕਿ ਜਿਸ ਦਿਨ ਉਹਦੀ ਡੈਥ ਹੋਈ, ਉਸ ਦਿਨ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਜਿੰਨੇ ਜਿੰਨੇ ਗੁੱਡੀ ਉਡਾਈ, ਉਹ ਸਾਰੇ ਉਹਦੇ ਕਾਤਲ ਆ। ਅਤੇ ਜਿਹੜੇ ਜਿਹੜੇ ਅੱਗੋਂ ਉਡਾ ਰਹੇ ਨੇ, ਔਰ ਉਹ ਇੱਦਾਂ ਦਾ ਕੋਈ ਹਾਦਸਾ ਹੋਵੇ,
ਉਹ ਯਾਰ ਤੁਸੀਂ ਦੇਖ ਲਓ ਯਾਰ ਬੰਦਾ ਗੁੱਡੀ ਉਡਾਉਣ ਲੱਗਿਆ ਉਸ ਬੱਚੇ ਨੂੰ ਯਾਦ ਕਰ ਲੈਣਾ ਯਾਰ ਅੱਜ ਤੋਂ ਬਾਅਦ ਜਿੰਨੇ ਗੁੱਡੀ ਉਡਾਉਣੀ ਹੈ ਨਾ ਉਸ ਬੱਚੇ ਦੀ ਇੱਕ ਵੀਡੀਓ ਵੇਖ ਲੈਣਾ ਕਿ ਹੋ ਸਕਦਾ ਇਹ ਜਿਹੜਾ ਮੈਡ ਆ ਰਿਹਾ ਇਹ ਮੈਂ ਉਸ ਕਿਸੇ ਹੋਰ ਮਾਂ ਦੇ ਪੁੱਤਰ ਦੇ ਗਲਾ ਵੱਢਦੇ ਆ ਸਿਰਫ ਆਪਣੇ 10 ਮਿੰਟ ਦੇ ਸ਼ੌਕ ਵਾਸਤੇ। ਹੁਣ ਗੱਲ ਇਹ ਹੈ ਹੁਣ ਬਹੁਤ ਇੱਕਦਮ ਫੈਸਲਾਬਾਦ ਦੇ ਏਰੀਏ 'ਚ ਆ ਜਿੱਥੇ ਜਿੱਥੇ ਆ ਹੁਣ ਵੇਖੀ ਮੋਟਰਸਾਈਕਲਾਂ ਨੂੰ ਅੱਗੇ ਉਹ ਲੱਗਣੇ ਨੇ ਫੌਰਨ ਇੱਕਦਮ। ਇੱਕ ਤਾਂ ਸਾਡੀ ਕੌਮ ਐਸੀ ਆ ਕਿ ਹੁਣ 2-4-5 ਦਿਨਾਂ 'ਚ ਵੇਖੀ ਕਿੰਨੇ ਜਣੇ ਨੇ ਹਰ ਮਾਂ ਨੇ ਕਹਿਣਾ ਵੇ ਉਹ ਲਵਾ ਲਾ ਵੇ ਤੂੰ ਵੀ ਫਿਰ ਤੂੰ ਵੀ ਲਵਾ ਲਾ ਭੈਣ ਨੇ ਭਰਾ ਨੂੰ ਕਹਿਣਾ ਭਾਈ ਉਹ ਲਵਾ ਲਾ ਬੁੱਢੀ ਨੇ ਬੰਦੇ ਨੂੰ ਕਹਿਣਾ ਤੁਸੀਂ ਉਹ ਲਵਾ ਲਓ ਅੱਗੇ ਤੁਹਾਡੀ ਮਿਹਰਬਾਨੀ ਇਹ 15-20 ਦਿਨ ਮਹੀਨਾ ਕਹਿਣਾ ਉਸ ਤੋਂ ਬਾਅਦ ਫਿਰ ਠੰਡੇ ਹੋ ਜਾਣਾ ਫਿਰ ਕਿਸੇ ਮਾਂ ਦਾ ਪੁੱਤ ਜਾਣਾ ਅਤੇ ਫਿਰ ਅਸੀਂ ਅਗਲੇ 15 ਦਿਨਾਂ 'ਚ ਡੰਡੇ 'ਚ ਲਵਾ ਲੈਣੇ ਫਿਰ 15 ਦਿਨਾਂ ਬਾਅਦ ਫਿਰ 3 ਮਹੀਨੇ ਬਾਅਦ ਠੰਡਾ ਹੋਣਾ ਇਹ ਇਹ ਅਸੀਂ ਇੱਦਾਂ ਦੇ ਹਾਂ ਬਿਲਕੁਲ ਸਹੀ। ਇਹ ਹੁਣ ਬਹੁਤ ਅੱਗ ਲੱਗਣੀ ਆ ਹੁਣ ਤਾਰਾਂ ਲੱਗਣੀਆਂ ਨੇ ਇੱਥੇ ਹੁਣ ਉਹ ਪੈਣੇ ਨੇ ਇੱਥੇ ਹੁਣ ਆਹ ਪੈਣੇ ਨੇ ਹੁਣ ਸਖਤੀ ਹੋਣੀ ਆ ਉਹ ਚਲਾ ਗਿਆ ਉਹਨਾਂ ਦਾ ਪੁੱਤ ਚਲਾ ਗਿਆ ਉਹਦਾ ਕੌਣ ਜ਼ਿੰਮੇਦਾਰ ਆ ਚਲੋ ਦੱਸੋ। ਅੱਛਾ ਤੁਸੀਂ ਇਹਨੂੰ ਇਹ ਕਹੋਗੇ ਇਹਦੀ ਲਿਖੀ ਇੱਦਾਂ ਸੀ ਇਹਦੀ ਆਈ ਇੱਦਾਂ ਸੀ ਠੀਕ ਅੱਲਾ ਹੈ ਅੱਲਾ ਕਿ ਮੌਤ ਇਹ ਤਕਰੀਬਨ ਸ਼ਹਾਦਤ ਦਾ ਰੁਤਬਾ ਹੁੰਦਾ ਜਿਹੜੀ ਐਕਸੀਡੈਂਟਲ ਹਾਦਸਾ ਸੀ ਇਹ ਵੀ ਇਹਦੀ ਕਿਸਮ ਆ ਸ਼ਹਾਦਤ ਦੀ। ਲੇਕਿਨ ਗੱਲ ਇਹ ਆ ਕਿ ਸਰਤਾਜ ਜੀ ਹੁਣ ਇਹਦਾ ਇੱਕ ਹੱਲ ਹੋ ਸਕਦਾ ਉਹ ਬੰਦੇ ਜਿਹੜੇ ਗੁੱਡੀ ਉਡਾਉਂਦੇ ਨੇ ਉਹ ਅਗਰ ਵੇਖ ਰਹੇ ਹੋਣ ਮੇਰਾ ਸ਼ੋਅ ਜਾਂ ਉਹਨਾਂ ਦਾ ਕੋਈ ਦੋਸਤ ਉਹਨਾਂ ਨੂੰ ਵਹਾ ਦੇਣਾ ਕਿ ਭੈਣ ਅਸੀਂ ਕਿਸੇ ਨੂੰ ਨਹੀਂ ਕਹਿਣਾ ਨਾ ਗੌਰਮੈਂਟ ਅੱਗੇ ਅਪੀਲ ਕਰਨੀ ਆ ਨਾ ਅਸੀਂ ਫਲਾਣਾ ਨਾ ਅਸੀਂ ਕਹਿਣਾ ਅੱਗੇ ਉਹ ਲਾ ਲਓ ਪਿੱਛੇ ਉਹ ਲਾ ਲਓ ਹੈਲਮਟ ਉਹ ਪਾ ਲਓ ਥੱਲੇ ਉਹ ਨੈੱਕ 'ਤੇ ਉਹ ਪਾ ਲਓ ਨਹੀਂ ਕਹਿਣਾ। ਜਿਹੜੇ ਉਡਾਉਂਦੇ ਨੇ ਨਾ ਉਹ ਆਪਣੇ ਆਪ ਨੂੰ ਸਮਝ ਲੈਣ ਕਿ ਭੈਣ ਜਿਹੜਾ ਮੈਂ ਉਡਾਉਣਾ ਨਾ ਇਹਦੇ 'ਚ 100 ਦੇ ਵਿੱਚੋਂ 1% 0.1% ਚਾਂਸ ਹੈ ਕਿ ਇਹ ਮੇਰੀ ਡੋਰ ਕਿਸੇ ਦਾ ਗਲਾ ਵੱਢ ਦੇਵੇ ਅਤੇ ਕਿਸੇ ਦੀ ਪੁੱਤ ਕਿਸੇ ਦੀ ਧੀ ਕਿਸੇ ਦਾ ਬੱਚਾ ਅੱਗੇ ਬੈਠਾ ਮੋਟਰਸਾਈਕਲ 'ਤੇ ਉਹ ਵਿਚਾਰਾ ਮਰ ਜਾਵੇ 0.1% ਵੀ ਚਾਂਸ ਹੈਗੇ। ਅਤੇ ਅਗਰ ਤੁਹਾਨੂੰ ਲੱਗੇ ਕਿ ਹਾਂ 0.1 ਅਸੀਂ ਐਕਸੈਪਟ ਕਰ ਸਕਦੇ ਕੋਈ ਨਹੀਂ 0% ਤਾਂ ਫਿਰ ਭਾਈ ਨੇ ਉਡਾ ਲੈਣਾ। ਅਤੇ ਜੇ ਤੁਹਾਨੂੰ ਲੱਗੇ ਕਿ 0.0.0.1% ਵੀ ਇਹ ਰਿਸਕ ਅਸੀਂ ਨਹੀਂ ਲੈ ਸਕਦੇ ਅਤੇ ਫਿਰ ਉਹ ਗੁੱਡੀ ਉਡਾਉਣ ਲੱਗਿਆ ਨਾ ਇਹ ਵੀਡੀਓ ਜਿਹੜੀ ਨਾ ਇਹ ਦੇਖ ਲੈਣਾ ਜਾਂ ਸੋਚ ਲੈਣਾ ਕਿ ਤੁਹਾਡੀ ਇਸ ਡੋਰ ਨਾਲ ਵੀ ਕਿਸੇ ਦਾ ਪੁੱਤਰ ਕਿਸੇ ਦਾ ਭਰਾ ਕਿਸੇ ਦਾ ਖਾਵੰਦ ਕਿਸੇ ਦਾ ਪਿਓ ਜਿਹੜਾ ਸਰ ਉਹ ਪਤਾ ਨਹੀਂ ਵਿਚਾਰਾ ਕਰੋ ਕਿੱਧਰ ਆਇਆ ਜਦ ਇੰਨਾ ਸ਼ੌਕ ਯਾਰ ਛੱਡ ਦਿਓ ਯਾਰ ਬਸ ਕਰ ਦਿਓ ਇਹਨਾਂ ਨੂੰ ਕਹਿ ਸਕਦੇ ਸੀ ਜਿੰਨੀ ਦੇਰ ਤੱਕ ਕਹਿੰਦੇ ਨਾ ਜਿੰਨੀ ਦੇਰ ਤੱਕ ਆਪਣੇ ਦਿਲ 'ਚ ਨਹੀਂ ਨਾ ਆਉਂਦੀ। ਇੱਕ ਬੰਦਾ ਸਿਗਰਟ ਪੀਂਦਾ ਨਾ ਉਹ ਕਹਿੰਦਾ ਜਿੰਨੀ ਦੇਰ ਕਿਤੇ ਆਪਣੇ ਦਿਲ 'ਚ ਰਹਿਣਾ ਐਂ ਨਹੀਂ ਛੱਡਣਾ ਸਾਰੀ ਦੁਨੀਆਂ ਨੂੰ ਕਹਿ ਰਹੀ ਛੱਡਦੇ ਸਿਗਰਟ ਉਹ ਨਹੀਂ ਛੱਡਦਾ ਜਿੱਦਣ ਉਹਦਾ ਆਪਣਾ ਦਿਲ ਕਰਦਾ ਉਹ ਇੰਝ ਕਰਕੇ ਸਿਗਰਟ ਛੱਡਦਾ ਮੁੜ ਕੇ ਨਹੀਂ ਪੀਂਦਾ। ਇਹ ਜਿਹੜੇ ਗੁੱਡੀਆਂ ਉਡਾਉਣ ਵਾਲੇ ਨਾ ਉਹਨਾਂ ਤੱਕ ਪਲੀਜ਼ ਇਹ ਮੈਸੇਜ ਪਹੁੰਚਾਓ ਉਹਨਾਂ ਨੂੰ ਇਹ ਕਹੋ ਕਿ ਯਾਰ ਅਸੀਂ ਨਹੀਂ ਕਹਿਣਾ ਗੌਰਮੈਂਟ ਨੂੰ ਅਸੀਂ ਨਹੀਂ ਅਪੀਲਾਂ ਕਰਨੀਆਂ। ਗੌਰਮੈਂਟ ਤੈਨੂੰ ਅਪੀਲ ਕਰਦੇ ਕਿ ਤੂੰ ਇੱਕ ਮੁਹੱਲੇ ਦੇ ਘਰ ਦੇ ਉੱਤੇ ਚੜ੍ਹ ਕੇ ਉਡਾ ਰਿਹਾ ਕਿੱਥੇ ਤੈਨੂੰ ਗੌਰਮੈਂਟ ਫੜ ਲਏਗੀ ਆ ਕੇ ਕਿ ਨਾਜ਼ਮਾਬਾਦ ਕਰੀ ਨੰਬਰ 9 ਨੁੱਕਰ ਵਾਲ ਤੋਂ ਨਾਲ ਦੇ ਘਰ ਦੇ ਉੱਤੇ ਇੱਕ ਮੁੰਡੇ ਨੇ ਚੜ੍ਹਾਈ ਗੁੱਡੀ ਕਿੱਥੇ ਫੜੇਗੀ ਗੌਰਮੈਂਟ। ਸਰ ਤੂੰ ਉਡਾਈ ਹੈ ਚਲੀ ਗਈ ਖਿਲਾਫ ਵਰਜ਼ੀ ਹੋ ਸਕਦੀ ਉਹ ਜਿਹੜਾ ਉਡਾ ਰਿਹਾ ਨਾ ਕੋਈ ਬੱਚਾ ਵਾ ਕੋਈ ਛੋਟਾ ਕੋਈ 20 ਸਾਲ ਦਾ ਕੋਈ 18 ਸਾਲ ਦਾ ਕੋਈ ਉਹਨੂੰ ਬਾ ਕੇ ਗੱਲ ਸਮਝਾਓ ਕਿ ਬੇਟਾ ਇਹ ਜਿਹੜਾ ਤੂੰ ਗੁੱਡੀ ਉਡਾਉਣੀ ਹੈ ਨਾ ਤੇ ਮੁਮਕਿਨ ਆ ਕਿ ਤੂੰ ਕਿਸੇ ਦਾ ਕਤਲ ਕਰ ਦੇਣਾ ਫਿਰ ਸ਼ਾਇਦ ਉਹਨਾਂ ਨੂੰ ਸਮਝ ਆ। ਸਹੀ ਜਿਹੜੇ ਛੋਟੇ ਬੱਚੇ ਉਡਾ ਰਹੇ ਨੇ ਹੁਣ ਫੋਰ ਐਗਜ਼ਾਮਪਲ ਵੱਡੇ ਨੇ ਜਿਹੜੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉੱਥੇ ਕੰਮਾਂ ਕਾਜਾਂ ਦੇ ਗਏ ਤੇ ਛੋਟੀ ਪੂੰ ਜਿਹੜੀ ਉਹਨਾਂ ਨੇ ਉਹਨਾਂ ਦੀ ਗੱਲ ਕਰ ਰਿਹਾ ਨਾ ਕਿ ਉਹਨਾਂ ਨੂੰ ਸਮਝਾਉਣ ਵੀਡੀਓ ਦਿਖਾ ਕੇ ਕਿ ਪੁੱਤਰ ਇਹ ਜੇ ਤੂੰ ਕੱਲ ਤੂੰ ਹੀ ਸਮਝ ਕੇ ਇਹਨੂੰ ਤੂੰ ਮਾਰਿਆ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਨਾਜ਼ਰੀਨ ਮੈਂ ਤੁਹਾਨੂੰ ਦੱਸਾਂ। ਫੈਸਲ ਸਾਹਿਬ ਫਰੀਦ ਸਾਹਿਬ ਤੁਸੀਂ ਬਾਈਕ 'ਤੇ ਜਾ ਰਹੇ ਹੋ ਨਾ ਤੇਜ਼ ਰਫਤਾਰੀ ਨਾਲ
ਤੁਸੀਂ ਜਾਈ ਜਾ ਰਹੇ ਹੋ ਤੇਜ਼ ਰਫ਼ਤਾਰੀ ਨਾਲ, ਤੈਨੂੰ ਮੈਂ ਰੋਕ ਰਿਹਾ ਨਾ ਚਲਾਇਆ ਕਰ, ਨਾ ਚਲਾਇਆ ਕਰ, ਤੇਰੀ ਆਦਤ ਆ। ਜਿੱਦਣ ਦਿਨ ਮੈਂ ਪਾ ਕੇ ਕਹਿਣਾ ਨਾ ਫਰੀਦ ਤੇਰੇ ਮੁੰਡੇ ਬੱਚੇ ਛੋਟੇ ਨੇ, ਤੂੰ ਗੱਡੀ ਤੇਜ਼ ਰਫ਼ਤਾਰੀ ਦੇ ਵਿੱਚ ਵੱਜ ਜਾਏ, ਤੇਰੇ ਉੱਤੋਂ ਗੱਡੀ ਲੰਘ ਜਾਏ, ਤੂੰ ਫਾਰਗ ਹੋ ਜਾਏ, ਤੇਰੇ ਘਰ ਬੱਚੇ ਦਾ ਉਹਨਾਂ ਦਾ ਐਵੇਂ ਥੋੜ੍ਹਾ ਜਿਹਾ ਸੋਚ ਲਾ ਕਿ ਉਹ ਘਰ ਤੇਰੀ ਜਦੋਂ ਮਈਅਤ ਪਈ ਹੋਏਗੀ ਤੇ ਕੀ ਆਲਮ ਹੋਏਗਾ, ਉਦੋਂ ਤੂੰ ਸੋਚੇਂਗਾ ਜ਼ਰੂਰ। ਉੱਦਾਂ ਮੈਂ ਤੈਨੂੰ ਜਿੰਨਾ ਮਰਜ਼ੀ ਕਹੀ ਜਵਾਂ ਹੋਰ ਹੀ ਚਲਾਇਆ ਕਰ, ਹੋਰ ਹੀ ਚਲਾਇਆ ਕਰ, ਤੂੰ ਨਹੀਂ ਹਟਣਾ। ਜਦੋਂ ਤੇਰੇ ਮੈਂ ਦਿਮਾਗ 'ਚ ਸਟੋਰੀ ਆ ਪਾਉਣੀ ਹੈ ਨਾ ਕਿ ਫਰੀਦ ਸਾਹਿਬ ਤੁਸੀਂ ਐਕਸੀਡੈਂਟ ਦੇ ਵਿੱਚ ਤੁਸੀਂ ਬਚ ਜਾਂਦੇ ਹੋ, ਤੁਹਾਡੀ ਵਜ੍ਹਾ ਨਾਲ ਕੋਈ ਬੰਦਾ ਵਿਚਾਰਾ, ਕੋਈ ਬੱਚਾ ਮਰ ਜਾਂਦਾ, ਕੋਈ ਬੰਦਾ ਮਰ ਜਾਂਦਾ ਐਕਸੀਡੈਂਟ 'ਚ, ਉਹਦੇ ਘਰ ਉਹਦੀ ਤੂੰ ਲਾਸ਼ ਦੇ ਉੱਤੇ ਸੋਚ ਕੇ ਤੂੰ ਬੈਠਾ ਵਾ, ਅਤੇ ਉੱਥੇ ਤੂੰ ਸੋਚ ਰਿਹਾ ਓਹੋ ਮੈਂ ਸਲੋ ਹੀ ਚਲਾ ਲੈਂਦਾ। ਉਦੋਂ ਇਹ ਸਮਝਾਉਣ ਦੇ ਵੀ ਕੁਛ ਤਰੀਕੇ, ਕਿਸੇ ਦੇ ਗਾਣੇ 'ਚ ਗੱਲ ਪਾਉਣ ਦਾ ਵੀ ਕੋਈ ਤਰੀਕਾ ਹੁੰਦਾ, ਫਿਰ ਤੂੰ ਸੋਚੇਂਗਾ ਕਿ ਹਾਂ ਨਹੀਂ ਯਾਰ ਮੈਂ ਸਪੀਡ ਨਾਲ। ਅਤੇ ਇਹ ਇਹ ਇੱਦਾਂ ਉਹਨਾਂ ਬੱਚਿਆਂ ਨੂੰ ਨਾ ਆਪਣੇ ਬੱਚਿਆਂ ਨੂੰ ਪਲੀਜ਼ ਉੱਦਾਂ ਸਮਝਾਓ, ਇੱਦਾਂ ਸਮਝਾਓ ਕਿ ਪੁੱਤਰ ਤੂੰ ਗੁੱਡੀ ਡਾ ਰਿਹਾ ਨਾ, ਅਤੇ ਤੇਰੀ ਗੁੱਡੀ ਕੱਟੀ ਗਈ ਅਤੇ ਕਿਸੇ ਦੇ ਗਲੇ 'ਚ ਫਿਰ ਕੇ ਉਹ ਬੰਦਾ ਮਰ ਗਿਆ, ਤਾਂ ਤੂੰ ਕਿਆ ਉਹ ਕਤਲ ਕਰਨਾ ਚਾਹੇਂਗਾ? ਇੱਕ ਹੋਰ ਵੀ ਸਾਜੀ ਤਰੀਕਾ ਨਾ ਕਿ ਜਿੱਥੇ ਡੋਰ ਬਣਦੀ ਆ ਜਿਹੜੇ ਮੁਹੱਲੇ 'ਚ ਬਣਦੀ ਆ ਉਹਦੀ ਨਿਸ਼ਾਨਦੇਹੀ ਪੁਲਿਸ ਨੂੰ ਕੀਤੀ ਜਾਂਦੀ, ਨਹੀਂ ਲੋਕ ਬਣ, ਜਿਹੜੀ ਮੈਂ ਗੱਲ ਕਰ ਰਿਹਾ ਫਾਈਨਲ ਅਥਾਰਟੀ ਉਹ ਆ ਜਿਹਨੇ ਅਡਾਉਣੀ ਆ। ਫਰੀਦ ਸਾਹਿਬ ਇੱਕ ਬੋਤਲ ਬਣਦੀ ਹੈ, ਡਾਕਟਰ ਕਹਿੰਦੇ ਜੀ ਪੈਪਸੀ ਨਾ ਪੀਓ ਠੰਡੀ, ਇੱਕ ਬੋਤਲ ਬਣਦੀ, ਉਹਦਾ ਫਾਰਮੂਲਾ ਬਣਦਾ, ਸਾਰਾ ਕੁਛ ਬਣ ਕੇ ਬੋਤਲ ਤੇਰੇ ਹੱਥ 'ਚ ਆ ਜਾਂਦੀ ਹੈ, ਤੂੰ ਕਹਿ ਯਾਰ ਮੈਂ ਨਹੀਂ ਪੀਣੀ, ਲੈ ਸਾਰਾ ਮਿੱਟੀ ਹੈ ਪਿੱਛੋਂ। ਬਿਲਕੁਲ ਸਹੀ, ਸਮਝ ਆ ਰਹੀ ਗੱਲ ਦੀ? ਹੁਣ ਮੈਂ ਕਹਾਂ ਬੋਤਲ ਨੂੰ ਛੱਡੋ, ਫੈਕਟਰੀ ਨੂੰ ਘੇਰਾ ਪਾ ਲਓ, ਉਹ ਜਿਹੜਾ ਉਹਦੇ 'ਚ ਚੀਜ਼ ਪੈਂਦੀ ਹੈ ਨਾ ਉਹਦੀ, ਉਹ ਜਿੱਥੇ ਬਣਦੀ ਉਹਨੂੰ ਫੜ ਲਓ, ਉਹ ਬਣੀ ਜਾਏਗੀ, ਇੱਧਰ ਨਹੀਂ ਇੱਧਰ ਬਣੀ ਜਾਏਗੀ, ਇੱਧਰ ਫਾਈਨਲੀ ਤੂੰ ਸੋਚ ਲੈ ਮੈਂ ਪੀਣੀ ਨਹੀਂ ਤੇ ਬਣੀ ਜਾਏ, ਉਹਨਾਂ ਨੂੰ ਸਮਝਾਓ ਕਿ ਬੇਟਾ ਨਹੀਂ ਡਾਉਣੇ, ਗੱਲ ਮੁੱਕੀ। ਫੈਕਟਰੀਆਂ ਫੁਕਟਰੀਆਂ ਡੋਰਾਂ ਪੁੱਟ ਆਪ ਹੀ ਬੰਦ ਹੋ ਜਾਣੀਆਂ ਜਦੋਂ ਕਿਸੇ ਨੇ ਲੈਣੀ, ਔਰ ਅਸੀਂ ਇਸ ਤੋਂ ਨਹੀਂ ਕਹਿ ਰਹੇ ਅੱਛੀ ਗੱਲ ਆ, ਬੜਾ ਅੱਛਾ ਬਸੰਤ ਬਹਾਰ, ਲੇਕਿਨ ਸਰ ਇਹ ਵਿੱਚ ਇੱਕ ਗੇਮ ਪੈਣ ਲੱਗ ਪਈ, ਅਸੀਂ ਇਹਨੂੰ ਫੋਰਡ ਕਰ ਹੀ ਨਹੀਂ ਸਕਦੇ, ਅਸੀਂ 0.0001% ਵੀ ਇਹਨੂੰ ਅਸੀਂ ਇਹਦਾ ਰਿਸਕ ਨਹੀਂ ਲੈ ਸਕਦੇ 100 ਦੇ ਵਿੱਚੋਂ, ਤੁਹਾਡੀ ਮਿਹਰਬਾਨੀ। ਅਤੇ ਇਹ ਲਾਜ਼ਮੀ ਬੱਚਿਆਂ ਨੂੰ ਸਮਝਾਉਣਾ, ਮੇਰੀ ਵੀਡੀਓ ਬੇਸ਼ੱਕ ਵਿਖਾ ਦੇਣਾ ਕਿ ਬੇਟਾ ਨਹੀਂ, ਅਗਰ ਤੂੰ ਚਾਹੁੰਦਾ ਕਿ ਮੈਂ ਕਿਸੇ ਦਾ ਖੂਨ ਕਰ ਦੇਵਾਂ, ਮੈਂ ਕਤਲ ਕਰ ਦੇਵਾਂ ਕਿਸੇ ਮਾਂ ਦਾ ਪੁੱਤ, ਕਿਸੇ ਦਾ ਬੰਦਾ, ਕਿਸੇ ਦਾ ਭਰਾ, ਠੀਕ, ਕਿਸੇ ਦਾ ਪਿਓ, ਅਤੇ ਫਿਰ ਤੂੰ ਸੋਚ ਲੈ ਵੀ ਤੂੰ ਇੱਕ ਕਿਸ ਹਿਸਾਬ ਦੇ ਨਾਲ ਕੀ ਤੇਰਾ ਹਿਸਾਬ ਕਿਤਾਬ ਹੋਏਗਾ। ਆਪਣਾ ਬਹੁਤ ਖਿਆਲ ਰੱਖੋ, ਇਨਸ਼ਾ ਅੱਲਾਹ ਤਾਲਾ ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਨਾਜ਼ਰੀਨ, ਅਤੇ ਇਹ ਭੈਣ ਜਿਹੜੀ ਗੱਲ ਨਾ, ਬਾਕੀ ਸਾਰਾ ਮਜ਼ਾਕ ਸੀ, ਅਸੀਂ ਸ਼ੁਗਰ ਕਰ ਰਹੇ ਸਾਂ ਜਿੰਨਾ ਵੀ ਆ ਮਿੱਠੇ ਵਾਲਾ, ਥੋੜ੍ਹਾ ਪਲੈਨ ਕਰ ਰਹੇ ਸਕੇ ਜਾਂ ਥੋੜ੍ਹਾ ਚੇਂਜ ਹੋਵੇ ਕੁਛ ਥੋੜ੍ਹਾ, ਅਤੇ ਲੇਕਿਨ ਹਕੀਕਤ ਇਹ ਹੈ ਕਿ ਅੱਜ ਤੋਂ ਬਾਅਦ ਐਡੀਟਰ ਨੂੰ ਵੀ ਮੈਂ ਕਹਿ ਰਿਹਾ ਔਰ ਤੁਹਾਨੂੰ ਵੀ ਕਹਿ ਰਿਹਾ, ਤੁਸੀਂ ਵੀ ਸਾਨੂੰ ਝਾੜਾਂ ਪਾਉਣਗੀਆਂ ਸਾਡੇ ਮੂੰਹੋਂ, ਸੁਣੋ ਤੁਸੀਂ, ਅਸੀਂ ਸ਼ੁਗਰ 'ਚ ਇੱਜ਼ਤ ਦੇਣ ਵਾਸਤੇ ਕਿਸੇ ਵੀ ਟੋਪਿਕ 'ਚ, ਮੈਂ ਇਹ ਵੀ ਕਹਾਂ ਕਿ ਨਹੀਂ ਨਹੀਂ ਫਰੀਦ ਦੀ ਮਾਸ਼ਾਅੱਲਾ ਕਰਦੀ ਜਿਹੜੀ ਮੇਰੀ ਸਕੀ ਭੈਣ ਆ ਰਹੀ, ਇਹ ਵੀ ਮੈਂ ਕਹਾਂ, ਤੇ ਮੈਂ ਇਹ ਨਹੀਂ ਕਹਿਣਾ ਮੈਂ ਅੱਜ ਤੋਂ ਬਾਅਦ ਅਸੀਂ ਇਹ ਗੱਲ ਕਰਨੀ ਨਹੀਂ ਕਿਸੇ ਵੀ, ਤੇ ਐਡੀਟਰ ਨੂੰ ਵੀ ਮੈਂ ਕਹਿ ਰਿਹਾ ਕਿ ਅਸੀਂ ਕਰ ਵੀ ਦਈਏ ਨਾ ਤੇ ਤੂੰ ਲਾਉਣੀ ਨਹੀਂ। ਸਹੀ, ਦੋ ਪਿੰਡ ਮੈਨੂੰ ਦੋ ਵਜੇ ਮਾਦਰ ਜੀ, ਅਲਹਮਦੁਲਿਲਾ ਸਾਡੀ ਟੀਮ ਦਾ ਪਿਆਰ ਹੈਗਾ ਆਪਸ ਵਿੱਚ, ਅਸੀਂ ਪਿਆਰ ਮੁਹਬਤ ਨਾਲ ਲੱਗ ਰਿਹਾ, ਲੇਕਿਨ ਇੱਕ ਗੱਲ ਮੈਂ ਪੁੱਛਣੀ, ਸਾਈ ਇਹ ਸੂਟ ਕੈਸਾ ਲੱਗਾ ਮੈਨੂੰ ਸਾਰੀ? ਮੈਂ ਨਹੀਂ, ਇਹ ਵੈਸੇ ਕੀ ਤੂੰ ਸਵਾਇਆ ਜਾਂ ਪ੍ਰੋਪਸ ਆ ਜਾਂ ਕੀ ਹੈ? ਨਹੀਂ ਜੀ ਸਾਹ ਜੀ, ਇਹ ਸਵਾਇਆ ਏਦਾਂ ਹੀ, ਏਦਾਂ ਹੀ ਸਰ, ਬਹੁਤ ਅੱਛਾ ਲੱਗਾ, ਅੱਛਾ ਠੀਕ ਆ, ਕੈਟਾਗਰੀ ਹੋਰ ਆ, ਕਰਾਚੀ ਦਾ ਮੇਮਨ ਟੈਪ ਹੋਵੇ ਨਾ ਕੋਈ ਅਮੀਰ ਆਦਮੀ ਕੋ, ਜਿਹਦੇ ਪਤਾ ਲੱਗ ਵਿੱਚ, ਸਹੀ ਗੱਲ ਆ ਪ੍ਰੋਫੈਸਰ ਜੀ ਸਰ, ਇਹਦਾ ਨਾਮ ਘੜੀ ਨਾਲ ਬੰਨੀ ਹੁੰਦੀ, ਨਾਲ ਕੋ ਥੋੜਾ ਜਿਹਾ ਸੈਟਅਪ ਇਹਦਾ
ਤੁਸੀਂ ਉਤੋਂ ਦੇਖਿਆ ਨਾ ਜੋ ਇਹਨੇ ਉਤੋਂ ਪਾਇਆ ਹੁੰਦਾ ਸੀ ਤੁਸੀਂ ਉਹੀ ਦੇਖਦੇ ਥੱਲੇ ਉਹਨੇ ਇਹੀ ਪਾਇਆ ਹੁੰਦਾ ਸੀ ਬੜਾ ਕੁਛ ਸਿੱਖਿਆ ਲੇਕਿਨ ਉਸਤਾਦ ਜੀ ਸੂਟ ਦੱਸੋ ਤੁਸੀਂ ਉਸਤਾਦ ਜੀ ਦਿਲੋਂ ਕਹਿ ਦੋ ਉਸਤਾਦ ਜੀ ਕੈਸਾ ਲੱਗਾ ਵੈਸੇ ਆਪਸ ਦੀ ਗੱਲ ਦੱਸ ਦਿਓ ਉਸਤਾਦ ਜੀ ਉਸਤਾਦ ਜੀ ਹੁਣ ਸਾਹਿਬ ਬਹੁਤ ਅੱਛਾ ਲੱਗਾ ਉਸਤਾਦ ਜੀ ਮਾਸ਼ਾਅੱਲਾ ਇੱਕ ਡਿਫਰੈਂਟ ਲੁੱਕ ਲੱਗੀ ਔਰ ਪਤਾ ਲੱਗਾ ਕਿ ਯਾਰ ਹੁਣ ਬੰਦਾ ਬੰਦੇ ਦੀ ਸ਼ਖਸੀਅਤ ਦੱਸਦੀ ਹੈ ਸਾਰੇ ਆਰਟਿਸਟ ਮੇਰੇ ਵਰਗੇ ਨਹੀਂ ਨਾ ਹੁੰਦੇ ਆਦੇ ਵੀ ਉਂਝ ਹੀ ਪਤਾ ਹੀ ਨਾ ਲੱਗੇ ਵੀ ਚੇਂਜ ਆਇਆ ਕੁਝ ਜ਼ਮਾਨੇ 'ਚ ਮਤਲਬ ਲੱਖ ਡੇਢ ਲੱਖ ਰੁਪਏ ਦੇ ਵਿੱਚ ਵੀ ਬੰਦੇ ਔਕਾਤ ਆਪਣੀ ਬਦਲ ਲੈਂਦੇ ਨੇ ਕਿ ਵੀ ਅਸੀਂ ਹੁਣ ਆਇਆ ਹੋ ਇੱਧਰ ਦੇ ਨਾ 1.5 ਕਰੋੜ 2 ਕਰੋੜ ਰੁਪਏ ਮਹੀਨੇ ਦਾ ਕਮਾ ਰਿਹਾ ਉਹੀ ਚੱਪਲ ਮੈਂ ਕਹਿੰਦਾ ਤੁਸੀਂ ਇਹਦੇ ਨਾ ਨੁੱਕਰ ਤੋਂ ਕਿਤੇ 2-3 ਧਾਗੇ ਕੱਢੋ ਮੈਂ ਕਿਸੇ ਦਿਆਂ ਵੀ ਆ ਫੈਸਲ ਦੇ ਸੂਟ ਦੇ ਧਾਗੇ ਨੇ ਪਾਏ ਤਾਰੀਫ ਨੀ ਕਰਨੀ ਸਾੜ ਦੇਣਾ ਯਕੀਨ ਕਰ ਰੋਜ਼ਾ ਮੂੰਹ ਚ ਇਸ ਤੋਂ ਬੁਰਾ ਤਾਂ ਮੈਨੂੰ ਅੱਜ ਤੱਕ ਨਹੀਂ ਲੱਗਾ ਬੇਟਾ ਇਹ ਸੂਟ ਉਹ ਮੈਂ ਤੈਨੂੰ ਕਹਿ ਰਿਹਾ ਕਿ ਇਹ ਸੂਟ ਤੂੰ ਬਾਹਰ ਨਿਕਲ ਤੈਨੂੰ ਲੋਕਾਂ ਨੇ ਇਹ ਕਹਿਣਾ ਕਿ ਚਾਚੂ ਟ੍ਰੇਨ ਲੰਘ ਗਈ ਤੁਸੀਂ ਪਿੱਛੇ ਰਹਿ ਗਏ ਯਕੀਨ ਕਰ ਤੂੰ ਇਹ ਸੂਟ ਪਾ ਕੇ ਟ੍ਰੇਨ ਚ ਚੜ੍ਹ ਜਾ ਤੇਰੇ ਕੋਲ ਸਵਾਰੀਆਂ ਨੁੱਕਦੀਆਂ ਫਿਰਨਗੀਆਂ ਵੀ ਪਤਾ ਨੀ ਟੀ ਆ ਗਿਆ ਐਡਾ ਬੁਰਾ ਸੂਟ ਔਰ ਬੂਟ ਅੱਲਾ ਮਾਫ਼ੀ ਦੇਵੇ ਯਕੀਨ ਕਰ ਵੀ ਮੈਂ ਥੱਲੇ ਵੇਖਦਾ ਉੱਤੇ ਵੇਖਦਾ ਮੈਨੂੰ ਪਤਾ ਨੀ ਲੱਗਦਾ ਦੋਵਾਂ ਚ ਬੂਟ ਕਿਹੜੇ ਫਾਂਸੀ ਦੇਣ ਲੱਗਿਆ ਏਦਾਂ ਦੇ ਕੱਪੜੇ ਦਾ ਗੁਲਾਬ ਪਾਉਂਦੇ ਉਹਦੇ ਮੂੰਹ ਤੇ ਤੂੰ ਉਹਨੂੰ ਲੰਮਾ ਕਰਕੇ ਜੇਬਾਂ ਵੇਖ ਅੱਲਾ ਮਾਫ਼ੀ ਦੇਵੇ ਵਾਏ ਲਿਖੇ ਅੱਲਾ ਦਾ ਹੀ ਫਿਟੇ ਮੂੰਹ ਝਾਲ ਤੇ ਰਹਿ ਕੇ ਇਹੋ ਜਿਹਾ ਸੂਟ ਪਾਉਂਦੇ ਆ ਤੂੰ ਏਦਾਂ ਨਾ ਪਹਿਲੇ ਬਾਬੇ ਸਲੂਕਾ ਪਾਉਂਦੇ ਆਹੋ ਇਹਦੇ ਅੰਦਰ ਵੀ ਜੇਬਾਂ ਹੋਣੀਆਂ 3-3 ਕਿੱਸਾ ਮੁਖਤਸਰ ਯਾਨੀ ਕਿ ਤੁਹਾਨੂੰ ਨਹੀਂ ਸਹੀ ਲੱਗਾ ਉਹ ਮੈਨੂੰ ਸਹੀ ਨਹੀਂ ਲੱਗਾ ਮੈਨੂੰ ਨਫ਼ਰਤ ਹੋ ਗਈ ਇਹ ਸੂਟ ਤੋਂ ਬਸ ਚਲੋ ਛੱਡੋ ਲੇਕਿਨ ਦਿਲੋਂ ਨਹੀਂ ਕਿਹਾ ਸੱਚੀ ਮੁੱਠੀ ਆ ਹੁਣ ਠੀਕ ਆ ਸਹੀ ਗੱਲ ਇਹ ਠੀਕ ਸੀ ਨਾ ਦਿਲੋਂ ਕਿਹਾ ਉਹਨਾਂ ਪਤਾ ਕਿ ਜੋ ਬੰਦਾ ਜਿਹੜਾ ਸੁਣਨਾ ਚਾਹੇ ਉਹਨਾਂ ਨੂੰ ਦੱਸ ਦਿਓ ਉਹਨਾਂ ਐਵੇਂ ਉਹਦੇ ਨਾਲ ਉਹਨਾਂ ਬਹਿਸ ਨਾ ਕਰੋ ਤੈਨੂੰ ਕਹਿਤਾ ਯਾਰ ਅੱਛਾ ਲੱਗ ਰਿਹਾ ਡਿਫਰੈਂਟ ਲੱਗ ਰਿਹਾ ਤੇਰੇ ਤੇ ਸੂਟ ਕੀਤਾ ਤੂੰ ਮੰਨ ਜਾ ਨਹੀਂ 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 ਪਹਿਲੀਆਂ ਗੱਲਾਂ ਦੀ ਰੋਸ ਸਰ ਪਹਿਲੀਆਂ ਦੱਸ ਰਿਹਾ ਜਿਹੜੀ ਤੁਸੀਂ ਪਹਿਲੇ ਕੀਤੀ ਨਾ ਗੱਲ ਦੁੱਖ ਹੋਇਆ ਸੂਟ ਪਾ ਕੇ ਬੰਦਾ ਨਹਿਰ ਦੇ ਬੈਠਾ
ਭਾਈ ਮਾੜਾ ਜਿਹਾ ਦਿਲ ਰੱਖਣਾ ਸੀ, ਤਾਰੀਫ ਕਰ ਦਿੰਦੇ ਕੀ ਸੀ ਯਾਰ। ਨਹੀਂ ਮੇਰੇ ਕੋਲ ਹੁੰਦੀ ਆ, ਕੀਤੀ ਤੇ ਹੈ ਯਾਰ ਸਾਜ ਨਹੀਂ ਯਾਰ, ਮੇਰੇ ਕੋਲ ਨਹੀਂ ਹੁੰਦੀ ਤਾਰੀਫ ਯਾਰ ਤੇਰੀ, ਮਿਹਰਬਾਨੀ ਤੂੰ ਅੱਗੇ ਤੋਂ ਨਾ ਇਹ ਪਾ ਗਏ, ਬਹੁਤ ਬੁਰਾ ਲੱਗ ਰਿਹਾ। ਅੱਛਾ ਸਫਾਰੀ ਸੂਟ ਦੇ ਪੋਜ਼ਿਟ ਹੋ ਗਏ ਆ, ਐਂ ਜਿਹਦੇ ਹੁੰਦੇ ਆ। ਅੱਛਾ ਬਰਥ ਕਿੰਨੇ ਕੁ ਦਾ ਮਿਲ ਜਾਏਗਾ ਕਰਾਚੀ ਵਾਸਤੇ ਸੀਟ ਤੇ ਬਰਥ? ਏਦਾਂ ਤਾਂ ਟੀਟੀ ਹੁੰਦੇ ਨਾ ਸਵਾਰੀ ਨੂੰ ਪੁੱਛਦੇ, ਬਾਜੀ ਕੋਲ ਲੇਜ਼ਰ ਨੂੰ ਛੱਡੀ ਹੈ ਮਾੜੀ ਜੀ, ਨਾਲ ਟਿਕਟਾਂ ਚੈੱਕ ਕਰ ਲੈਣ ਕੇ ਨਾਲ ਜੂਟੀ ਸਟ੍ਰਿੰਗ ਵੀ ਪੀ ਜੇ ਜੂਟੀ ਐਵੇਂ ਟਿਕਟਾਂ ਚੈੱਕ ਕਰਨਾ ਪੁੱਛਣਾ ਤੁਹਾਡੇ ਜੋ ਕੈਬਨ ਕਿਹੜਾ ਪਿਤਾ ਦੇ ਕੇ ਫਿਰ ਨਾ ਯਾਰ ਚੁਗਲ ਤੋਂ ਹਟ ਕੇ ਉਸਤਾਦ ਜੀ ਸਹੀ, ਫਿਰ ਵੀ ਕੈਸਾ ਲੱਗਾ ਯਾਰ ਉਸਤਾਦ ਜੀ ਕਿਤੇ ਸਹੀ ਚੇਰ ਤੁਹਾਡੇ ਕੋਲ ਸਾਜੀ ਫਿਰ ਵੀ। ਚਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਮੈਂ ਦੱਸਦਾ ਜ਼ਰਾ, ਮੈਂ ਨਾ ਇੱਕ ਪ੍ਰੋਗਰਾਮ ਤੋਂ ਬਾਅਦ ਇਹਨੂੰ ਦੱਸਦਾ ਸੂਟ ਕੈਸਾ ਲੱਗਾ, ਠੀਕ ਹੈ ਜੀ? ਅਤੇ ਕੱਲ੍ਹ ਫਿਰ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰੱਖਾ ਜੀ।